ਦੇ ਜੇ ਸ਼ਬਦ ਪਹਿਲਾਂ ਡਾਕਟਰ ਹਰੀ ਸ਼ਰਮਾ ਫਾਊਂਡੇਸ਼ਨ ਬਾਰੇ ਤੁਹਾਡੇ ਨਾਲ ਸਾਂਝੇ ਕਰੂੰਗਾ ਤੇ ਫਿਰ ਅਗਲੀ ਗੱਲ ਕਰਦੇ ਹੈਗੇ ਆ। ਪਰ ਉਹ ਤੋਂ ਪਹਿਲਾਂ ਮੈਂ ਚਾਹੂੰਗਾ ਕਿ ਅੱਜ ਦੇ ਸਾਡੇ ਜਿਹੜੇ ਦੋਵੇਂ ਗੈਸਟ ਨੇ ਇੰਡੀਆ ਤੋਂ ਆਏ ਸਾਡੇ ਇਸ ਵਿਸ਼ੇਸ਼ ਪ੍ਰੋਗਰਾਮ ਲਈ ਡਾਕਟਰ ਨਵਸ਼ਰਨ ਕੌਰ ਤੇ ਡਾਕਟਰ ਅਤੁਲ ਸੂਦ ਉਹ ਦੋਵੇਂ ਸਟੇਜ 'ਤੇ ਆ ਜਾਣ ਤਾਂ ਕਿ ਅਸੀਂ ਕਾਰਵਾਈ ਜਿਹੜੀ ਉਹ ਕੰਟੀਨਿਊ ਕਰੀਏ। ਇਹਨਾਂ ਦੇ ਨਾਲ ਹੀ ਪਿੱਛੇ ਉਹ ਕਿਤਾਬਾਂ ਵਾਲੀ ਟੇਬਲ ਦੇ ਉੱਤੇ ਬੇਟੀ ਬੈਠੀ ਹੈਗੀ ਆ ਬੁੱਕੂ, ਇਹਨਾਂ ਦੀ ਛੋਟੀ ਭੈਣ ਦੀ ਬੇਟੀ ਹੈਗੀ ਆ, ਉਹ ਵੀ ਸਾਡੇ ਕੋਲ ਉੱਥੋਂ ਆਈ ਆ ਤਾਂ ਅਸੀਂ ਉਹਦਾ ਵੀ ਸਵਾਗਤ ਕਰਦੇ ਹਾਂ। ਮੈਨੂੰ ਇਹ ਪਤਾ ਲੱਗਾ ਕਿ ਇਹਨਾਂ ਨੂੰ ਉੱਥੇ ਅਕਸਰ ਟੈਲੀਵਿਜ਼ਨ ਅਤੇ ਰੇਡੀਓ ਦੇ ਉੱਤੋਂ ਮਤਲਬ ਇਹਨਾਂ ਨੂੰ ਇਹਨਾਂ ਦੇ ਵਿਚਾਰ ਸੁਣਨ ਦੇ ਲਈ ਇਹਨਾਂ ਨੂੰ ਸੱਦਿਆ ਜਾਂਦਾ ਹੈ ਜਦੋਂ ਦੀ ਇਹ ਕਿਤਾਬ ਰਿਲੀਜ਼ ਹੋਈ ਹੈਗੀ ਆ। ਸੋ ਇਹ ਜਿਹੜੀ ਇਹਨਾਂ ਦੀਆਂ ਇਹ ਬਹੁਤ ਮਹੱਤਵਪੂਰਨ ਜਿਹੜੀਆਂ ਗੱਲਾਂ ਕਰ ਰਹੇ ਹੈਗੇ ਆ ਅਤੇ ਸੋ ਮੈਂ ਬਹੁਤਾ ਸਮਾਂ ਨਹੀਂ ਤੁਹਾਡਾ ਲੈਣਾ ਅਤੇ ਮੈਂ ਚਾਹੁੰਦਾ ਕਿ ਇਹਨਾਂ ਨੂੰ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂ। ਸਿਰਫ ਵੀ ਐਪਰੀਸ਼ੀਏਟ ਦ ਫੈਕਟ ਦੈਟ ਦੇਅਰ ਆਰ ਸਮ ਪੀਪਲ ਹੂ ਡੋਨਟ ਅੰਡਰਸਟੈਂਡ ਪੰਜਾਬੀ ਐਂਡ ਆਈ ਗੈਸ ਯੂ ਹੈਵ ਟੂ ਰਿਲਾਈ ਔਨ ਦ ਪਰਸਨ ਨੈਕਸਟ ਟੂ ਯੂ ਟੂ ਹੈਲਪ ਯੂ ਵਿਦ ਵਟ ਵੀ ਆਰ ਬੀਂਗ ਸੈਡ ਫਰੋਮ ਹੇਅਰ। ਇਟਸ ਹਾਰਡ ਟੂ ਟ੍ਰਾਂਸਲੇਟ ਐਵਰੀਥਿੰਗ ਐਂਡ ਸੋ ਵੀ ਵੋਂਟ ਟ੍ਰਾਈ ਦੈਟ। So, but we appreciate that you're here and I hope that you enjoy it. Dr. Atul Sud. Bahut bahut meharbani. Pehle te main Hari Sharma Foundation da bahut bahut dhanyawadi hain jinne sanu mauka ditta ki main aake te assi aake tuhade naal gal kariye ਅਤੇ ਤੁਹਾਨੂੰ ਸੁਣੀਏ ਅਤੇ ਆਪਣੀ ਗੱਲ ਤੁਹਾਡੇ ਨਾਲ ਕਰਕੇ ਅਤੇ ਤੁਹਾਡੇ ਵਿਚਾਰ ਉਹਦੇ ਬਾਰੇ ਸੁਣੀਏ। ਦੂਜੀ ਗੱਲ ਇਹ ਕਿ ਮੈਂ 83 ਵਿੱਚ ਇੱਥੇ ਨਹੀਂ ਆਇਆ ਸੀ ਅਤੇ ਬਹੁਤ ਸਾਰੇ ਬੰਦਿਆਂ ਨੂੰ ਮੈਂ ਪਹਿਲੀ ਵਾਰ ਮਿਲਿਆ ਪਰ ਉਹਨਾਂ ਦੇ ਬਾਰੇ ਮੈਂ ਕਾਫੀ ਕੁਝ ਜਾਣਦਾ ਹੈ ਅਤੇ ਕਰੀਬ ਕਰੀਬ ਉਹਨਾਂ ਹੀ ਜਾਂਦਾ ਜਿਹੜਾ 83 'ਚ ਇੱਥੇ ਆਏ ਸੀ ਅਤੇ ਉਹਨਾਂ ਨੂੰ ਮਿਲੇ ਸੀ। ਉਹ ਸਾਰੀ ਗੱਲਾਂ ਤਦ ਕੀ ਹੋਇਆ ਸੀ, ਕਿੰਜ ਇਪਾਨਾ ਦੇ ਸਾਥੀ ਨੇ ਕੀ ਕੀਤਾ, ਉਹ ਇੱਕ ਕਿਸਮ ਦੀ ਸੋਰਟ ਆਫ ਲੈਜੈਂਡਰੀ ਕਨਵਰਸੇਸ਼ਨ ਚੱਲਦੀ ਰਹੀ ਹੈ ਜਿਹੜੇ ਕਿ ਇੰਨੇ 30 ਸਾਲਾਂ ਵਿੱਚ ਸਾਡੇ ਪਰਿਵਾਰ ਵਿੱਚ ਅਤੇ ਪਰਿਵਾਰ ਦੇ ਬਾਹਰ ਵੀ ਜਿਹੜੇ ਸਿਮਲਰ ਸੋਚ ਵਾਲੇ ਲੋਕ ਨੇ ਉਹਨਾਂ ਦੇ ਅੱਗੇ ਸ਼ੇਅਰ ਹੁੰਦੀ ਰਹੀ ਹੈ। ਸੋ ਉਹਦਾ ਇੰਸਪੀਰੇਸ਼ਨਲ ਰੋਲ ਮੈਂ ਡੈਫੀਨੇਟਲੀ ਐਕਸਪੀਰੀਅੰਸ ਕੀਤਾ ਹੈ ਅਤੇ ਦੇਖਿਆ ਹੈ। ਸੋ ਮੈਂ ਤੁਹਾਨੂੰ ਬਹੁਤ ਵਧਾਈ ਦਿੰਦਾ ਕਿ ਹਾਲੇ ਵੀ ਉਹ ਸਾਥੀ ਭਾਵੇਂ ਉਸ ਤੌਰ 'ਤੇ ਨਹੀਂ ਜਿੰਝ ਪਹਿਲੇ ਕੰਮ ਹੁੰਦਾ ਸੀ ਪਰ ਫਿਰ ਵੀ ਜੁੜੇ ਹੋਏ ਨੇ ਅਤੇ ਸਾਂਝ ਬਣੀ ਹੋਈ ਹੈ ਅਤੇ ਹਾਲੇ ਵੀ ਜਿਸ ਤਰ੍ਹਾਂ ਵੀ ਆਪਣੇ ਆਪਣੀ ਲਿਮਿਟੇਸ਼ਨ ਦੇ ਬਾਵਜੂਦ ਇੰਟਰਵੀਨ ਕੀਤਾ ਜਾ ਸਕਦਾ ਹੈ ਉਹ ਇੰਟਰਵੈਂਸ਼ਨ ਕਰ ਰਹੇ ਨੇ ਸਮਾਜ ਦੇ ਮਸਲਿਆਂ ਨੂੰ ਲੈ ਕੇ, ਕੈਨੇਡਾ ਦੇ ਆਪਣੇ ਮਸਲਿਆਂ ਨੂੰ ਲੈ ਕੇ, ਉਹ ਸਾਡੇ ਲਈ ਵੀ ਬੜੀ ਗੱਲ ਹੈ। ਮੈਂ ਜਿਹੜੀ ਗੱਲ ਅੱਜ ਕਰਨਾ ਚਾਹੁੰਦਾ ਹੈ ਕਹਿਣਾ ਚਾਹੁੰਦਾ ਕਿ ਕੱਲ੍ਹ ਵੀ ਇੱਕ ਗੱਲ ਹੋਏਗੀ ਜਿਹੜੀ ਅੰਗਰੇਜ਼ੀ 'ਚ ਹੋਏਗੀ ਜਿੱਥੇ ਨਵਸ਼ਰਨ ਅਤੇ ਮੈਂ ਦੋਨੋਂ ਬੋਲਾਂਗੇ ਅਤੇ ਸਾਥੀ ਜਿਹੜੇ ਅੰਗਰੇਜ਼ੀ 'ਚ ਜ਼ਿਆਦਾ ਪਸੰਦ ਕਰਦੇ ਗੱਲਬਾਤ ਨੂੰ ਸੁਣਨਾ ਅਤੇ ਇੰਟਰੈਕਟ ਕਰਨਾ ਉਹਦੇ ਲਈ ਮੌਕਾ ਹੋਏਗਾ ਕਿ ਕੱਲ੍ਹ 1:30 ਵਜੇ ਆਪਾਂ ਫਿਰ ਜੇ ਮਿਲ ਸਕੀਏ। ਹਾਲਾਂਕਿ ਕਿਸੇ ਨੂੰ ਵੀ 2-3 ਲਗਾਤਾਰ ਟੋਲਰੇਟ ਕਰਨਾ ਬੜਾ ਮੁਸ਼ਕਿਲ ਹੈ ਪਰ ਜੇ ਤੁਸੀਂ ਕਰ ਸਕਦੇ ਹੋ ਤਾਂ ਮੋਰ ਦੈਨ ਵੈਲਕਮ। ਮੈਂ ਜਿਹੜੀ ਗੱਲ ਅੱਜ ਕਰਨਾ ਚਾਹੁੰਦਾ ਹੈ ਉਹ ਬੇਸਿਕਲੀ ਹਿੰਦੁਸਤਾਨ ਅਤੇ ਉਹਦੇ ਵਿੱਚ ਪੰਜਾਬ ਨੂੰ ਲੈ ਕੇ ਹੈ ਕਿ ਜਿਹੜਾ ਇੰਡੀਆ ਬਾਰੇ ਇੰਨੀ ਗੱਲਬਾਤ ਹੁੰਦੀ ਹੈ ਕਿ ਇੰਡੀਆ ਨੇ ਇਹ ਪ੍ਰਾਪਤ ਕਰ ਲਿਆ, ਇਹ ਗਰੋਥ ਹੋ ਗਈ, ਇਹ ਡਿਵਲਪਮੈਂਟ ਹੋ ਗਈ, ਜਿਹੜਾ ਪੂਰਾ ਵਿਕਾਸ ਹੋਇਆ ਹੈ ਖਾਸ ਤੌਰ 'ਤੇ ਪਿਛਲੇ 15-20 ਸਾਲ ਦੇ ਜਾਂ 90 ਦੇ ਦਸ਼ਕ ਦੇ ਬਾਅਦ, ਜਿਹਦੇ ਵਿੱਚ ਬਹੁਤ ਸਾਰੇ ਲੋਕ ਇੰਡੀਆ ਨੂੰ ਇੱਕ ਸੁਪਰ ਪਾਵਰ ਕੋਟ ਐਂਡ ਕੋਟ ਦੇ ਤੌਰ 'ਤੇ ਦੇਖਣਾ ਚਾਹੁੰਦੇ ਨੇ ਜਾਂ ਵੇਖ ਰਹੇ ਨੇ, ਉਹ ਐਕਚੁਅਲੀ ਉਹਦੀ ਐਸੈਂਸ ਕੀ ਹੈ, ਉਹ ਕਿਸ ਕਿਸਮ ਦਾ ਸਮਾਜ ਬਣਾ ਰਹੀ ਹੈ, ਕਿਸ ਕਿਸਮ ਦਾ ਸੋਸ਼ਲ ਐਂਡ ਇਕਨੋਮਿਕ ਲੈਂਡਸਕੇਪ ਕੰਸਟਰਕਟ ਕਰ ਰਹੀ ਹੈ, ਅਤੇ ਉਹ ਜਿਹੜਾ ਸਮਾਜ ਬਣਾ ਰਹੀ ਹੈ ਉਹਦੇ ਵਿੱਚ ਜਿਹੜੇ ਲੋਕ ਉਸ ਸਮਾਜ ਨੂੰ ਬੰਦੇ ਦੇਖ ਰਹੇ ਨੇ ਅਤੇ ਉਹਨੂੰ ਰਿਸਪੋਂਡ ਕਰ ਰਹੇ ਨੇ, ਉਹ ਕਿਸ ਕਿਸਮ ਦੀ ਲੜਾਈ ਤੋਂ ਗੁਜ਼ਰ ਰਹੇ ਨੇ, ਕਿਉਂਕਿ ਉਹ ਜਿਹੜਾ ਸਮਾਜ ਬਣ ਰਿਹਾ ਹੈ ਉਹਦੇ ਵਿੱਚ ਸਟੇਟ ਵੀ, ਇੰਡੀਅਨ ਸਰਕਾਰ ਵੀ ਉਹਨੂੰ ਰਿਸਪੋਂਡ ਕਰ ਰਹੀ ਹੈ ਜਿਹੜੇ ਚੈਲੇਂਜਸ ਉਹ ਮਾਡਲ ਥਰੋ ਕਰ ਰਿਹਾ ਹੈ, ਔਰ ਉਸ ਚੈਲੇਂਜਸ ਦੇ ਰਿਸਪੋਂਸ ਵਿੱਚ ਲੋਕ ਉਹਦੇ ਨਾਲ ਜਿਹੜਾ ਜੂਝ ਰਹੇ ਨੇ ਉਹ ਕਿਸ ਕਿਸਮ ਦਾ ਮਾਹੌਲ ਬਣਾ ਰਹੀ ਹੈ, ਥੋੜ੍ਹਾ ਜਿਹਾ ਇਹਦੇ ਬਾਰੇ ਗੱਲ ਕਰਨਾ ਚਾਹੁੰਦਾ। ਇਸ ਤੋਂ ਪਹਿਲਾਂ ਕਿ ਮੈਂ ਗੱਲ ਸ਼ੁਰੂ ਕਰਾਂ, ਇੱਕ ਹੋਰ ਗੱਲ ਵੀ ਕਹਿਣਾ ਚਾਹੁੰਦਾ ਕਿ ਇਹ ਗੱਲ ਮੈਂ ਇਸ ਕਰਕੇ ਜ਼ਰੂਰੀ ਸਮਝੀ ਕਰਨੀ ਕਿਉਂਕਿ ਭਾਅ ਜੀ ਹਮੇਸ਼ਾ ਕਹਿੰਦੇ ਸੀ ਕਿ ਇਹ ਤਾਂ ਤੁਹਾਡੀ ਸਾਰੀ ਗੱਲ ਠੀਕ ਹੈ, ਇਹ ਤੁਹਾਡੀ ਸਮਝ ਵੀ ਠੀਕ ਹੈ, ਹੁਣ ਇਹ ਦੱਸੋ ਕਿ ਇਹਦਾ ਲੋਕਾਂ ਨੂੰ ਕੀ ਫਾਇਦਾ ਹੋਵੇਗਾ। ਇਹ ਸਾਡੇ ਘਰ ਮਤਲਬ ਇਹ ਹੁੰਦਾ ਸੀ ਕਿ ਜੇ ਅਸੀਂ ਹੁਣ ਭਾਅ ਜੀ ਬਿਮਾਰ ਸੀਗੇ ਤਾਂ ਅਸੀਂ ਹਰ 2 ਹਫ਼ਤੇ 'ਚ ਦਿੱਲੀ ਚੰਡੀਗੜ੍ਹ ਜਾਂਦੇ ਸੀ
ਤੇ ਵਿਦ ਇਨ 5 to 7 ਮਿੰਟਸ ਆਫ ਆਵਰ ਰੀਚਿੰਗ, ਮਤਲਬ 5-7 ਮਿੰਟ ਦੇ ਬਾਅਦ ਇਹ ਸਵਾਲ ਖੜਾ ਹੋ ਜਾਂਦਾ ਸੀ ਕੀ ਚੱਲ ਰਿਹਾ ਤੇ ਜੋ ਕੁਛ ਤੁਸੀਂ ਕਹੋ ਤੇ ਫਿਰ ਇਹਦਾ ਪੰਜਾਬ ਦੇ ਲੋਕਾਂ ਨੂੰ ਕੀ ਫਾਇਦਾ ਹੋਵੇਗਾ। ਮਤਲਬ ਉਹ ਇਹ ਹਮੇਸ਼ਾ ਹੁੰਦਾ ਸੀ ਕਿ ਜੋ ਤੁਸੀਂ ਕੁਛ ਕਰ ਰਹੇ ਹੋ ਇਹਦਾ ਇਹ ਦੱਸੋ ਕਿ ਹੁਣ ਇਸ ਗੱਲ ਨੂੰ ਅੱਗੇ ਲਿਜਾ ਕੇ ਲੋਕਾਂ ਨੂੰ ਕਿੰਝ ਪਹੁੰਚਾਈਏ ਤੇ ਇਹਦਾ ਫਾਇਦਾ। ਸੋ ਮੈਨੂੰ ਇਹ ਲੱਗਦਾ ਕਿ ਜਿਹੜੀ ਅਸੀਂ ਅੱਜ ਗੱਲ ਕਰ ਰਹੇ ਹਾਂ ਜਾਂ ਮੈਂ ਜਿਹੜੀ ਗੱਲ ਕਰ ਰਿਹਾ ਤੇ ਮੇਰੇ ਬਾਅਦ ਨਵਸ਼ਰਨ ਜਿਹੜੀ ਗੱਲ ਕਰੇਗੀ ਉਹਦੇ ਵਿੱਚ ਮੁੱਖ ਤੌਰ 'ਤੇ ਸਾਡਾ ਇਹ ਕੇਂਦਰ ਰਹਿਣਾ ਚਾਹੀਦਾ ਹੈ ਕਿ ਅਸੀਂ ਇਹ ਜਿਹੜੀ ਗੱਲਬਾਤ ਕਰ ਰਹੇ ਹਾਂ ਇਹਦੇ ਤੋਂ ਜਿਹੜੇ ਲੋਕਾਂ ਦੇ ਘੋਲ ਨੇ, ਲੋਕਾਂ ਦੀ ਜਿਹੜੀ ਸਟਰਗਲ ਹੈ, ਜਿਹੜੇ ਲੋਕ ਇਸ ਵੇਲੇ ਲੜ ਰਹੇ ਨੇ ਇੱਕ ਬਿਹਤਰ ਸਮਾਜ ਨੂੰ ਬਣਾਉਣ ਲਈ ਪੰਜਾਬ ਵਿੱਚ ਜਾਂ ਹਿੰਦੁਸਤਾਨ ਵਿੱਚ, ਉਹਦੇ ਵਿੱਚ ਸਾਡੀ ਜਿਹੜੀ ਅੱਜ ਦੀ ਗੱਲਬਾਤ ਹੈਗੀ ਉਹ ਕਿਸ ਤਰ੍ਹਾਂ ਮਦਦਗਾਰ ਹੋ ਸਕਦੀ ਹੈ, ਉਸ ਗੱਲ ਨੂੰ ਕਿੰਝ ਅੱਗੇ ਲਿਜਾ ਸਕਦੀ ਹੈ, ਕਿਸ ਤਰ੍ਹਾਂ ਉਹਦੇ ਚੈਲੇਂਜਸ ਨੂੰ ਆਇਡੈਂਟੀਫਾਈ ਕਰ ਸਕਦੀ ਹੈ, ਮੈਨੂੰ ਲੱਗਦਾ ਕਿ ਇਹ ਸਾਡੀ ਗੱਲ ਦਾ ਕੋਰ ਮਕਸਦ ਹੋਣਾ ਚਾਹੀਦਾ ਹੈ। ਘੱਟ ਤੋਂ ਘੱਟ ਭਾਜੀ ਹਮੇਸ਼ਾ ਇਹ ਮਕਸਦ ਨਾਲ ਹੀ ਆਇਡੈਂਟੀਫਾਈ ਕਰਦੇ ਸੀ ਅਤੇ ਮੈਨੂੰ ਲੱਗਦਾ ਕਿ ਜੇ ਕਿਸੇ ਕਿਸਮ ਦੀ ਵੀ ਅਸੀਂ ਉਹਨਾਂ ਦੀ ਯਾਦ ਵਿੱਚ ਇਕੱਠੇ ਹੋਏ ਨੇ ਤਾਂ ਇਸ ਫੋਕਸ ਨੂੰ ਸਾਨੂੰ ਛੱਡਣਾ ਨਹੀਂ ਚਾਹੀਦਾ। ਅਤੇ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਇਸ ਫੋਕਸ ਤੋਂ ਨਾ ਹਟ ਕੇ ਕੋਈ ਹੋਰ ਗੱਲ ਤੁਹਾਡੇ ਨਾਲ ਨਾ ਕਰਾਂ। ਅੱਜ ਦੀ ਹਿੰਦੁਸਤਾਨ ਬਾਰੇ ਜਿਹੜਾ ਆਪਾਂ ਗੱਲ ਕਰਦੇ ਹਾਂ ਤਾਂ ਹਿੰਦੁਸਤਾਨ ਇੱਕ ਬੜੇ ਮੇਰੇ ਹਿਸਾਬ ਨਾਲ ਬੜੇ ਕ੍ਰਿਟੀਕਲ ਮੋੜ 'ਤੇ ਖੜ੍ਹਾ ਹੈ। ਇੱਕ ਪਾਸੇ 'ਤੇ ਹਿੰਦੁਸਤਾਨ ਦੀ ਜਿਹੜੀ ਗਰੋਥ ਹੈ, ਜੋ ਕੁਛ ਹੋਇਆ ਹੈ ਪਿਛਲੇ 18-20 ਸਾਲਾਂ ਵਿੱਚ, ਉਹਦਾ ਡੰਕਾ ਵੱਜ ਰਿਹਾ ਹੈ। ਜਿਸ ਤਰ੍ਹਾਂ ਗਲੋਬਲ ਸਲੋਡਾਊਨ ਹੋਇਆ, ਰਿਸੈਸ਼ਨ ਆਇਆ, ਤੁਸੀਂ ਵੀ ਇੱਥੇ ਐਕਸਪੀਰੀਅੰਸ ਕੀਤਾ ਹੈ, ਹੋਰ ਥਾਵਾਂ 'ਤੇ ਵੀ ਇਹਦੀ ਗੱਲ ਹੋਈ ਹੈ, ਬੜੀ ਥਾਂ 'ਤੇ ਕਿਹਾ ਜਾਂਦਾ, ਇਕੋਨਮਿਸਟ ਅਖਬਾਰ ਨੇ ਵੀ ਕਿਹਾ, ਇੰਟਰਨੈਸ਼ਨਲ ਗਾਰਡੀਅਨ ਨੇ ਵੀ ਕਿਹਾ, ਬਹੁਤ ਸਾਰੇ ਅਖਬਾਰਾਂ ਨੇ ਵੀ ਕਿਹਾ, ਬੁੱਧੀਜੀਵੀਆਂ ਨੇ ਵੀ ਕਿਹਾ ਕਿ ਹਿੰਦੁਸਤਾਨ ਉਸ ਰਿਸੈਸ਼ਨ ਤੋਂ ਉਸ ਤਰ੍ਹਾਂ ਤੋਂ ਇੰਪੈਕਟ ਨਹੀਂ ਹੋਇਆ ਜਿਸ ਤਰ੍ਹਾਂ ਤੋਂ ਬਾਕੀ ਵਿਸ਼ਵ ਵਿੱਚ ਹੋਰ ਮੁਲਕ ਹੋਏ ਨੇ। ਉਹ ਇਸ ਤੋਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇੰਡੀਆ ਦੀ ਜਿਹੜੀ ਗਰੋਥ ਹੈ, ਡਿਵਲਪਮੈਂਟ ਮਾਡਲ ਹੈ, ਉਹ ਹਾਈਲੀ ਸਸਟੇਨੇਬਲ ਹੈ, ਉਸ ਉਹ ਇਹੋ ਜਿਹਾ ਹੈਗਾ ਕਿ ਉਹ ਵਿਸ਼ਵ ਮੰਦੀ ਦੇ ਬਾਵਜੂਦ ਆਪਣੇ ਪੈਰਾਂ 'ਤੇ ਖੜਾ ਹੋ ਸਕਦਾ। ਸੋ ਇਸ ਕਿਸਮ ਦੀ ਇੱਕ ਗੱਲ, ਇੱਕ ਤਾਂ ਇਸ ਕਿਸਮ ਦੀ ਗੱਲ ਹਿੰਦੁਸਤਾਨ ਬਾਰੇ ਹੋ ਰਹੀ ਹੈ ਜਿਹਦੇ ਵਿੱਚ ਉਹਦੇ ਪਿੱਛੇ ਉਹ ਪੂਰੀ ਸਮਝ ਹੈ ਕਿ ਵੀ ਹਿੰਦੁਸਤਾਨ ਵਿੱਚ ਜੇ ਥੋੜ੍ਹੇ ਜਿਹੇ ਆਂਕੜੇ ਦੇਖੀਏ ਕਿ ਜਿਹੜਾ 2000 ਦਾ ਦਸ਼ਕ ਹੈ ਉਹਦੇ ਵਿੱਚ, ਮਤਲਬ ਖਾਸ ਤੌਰ 'ਤੇ ਇਕਨੋਮਿਕ ਰਿਫੋਰਮ ਦੇ ਬਾਅਦ 7-7.5% ਗਰੋਥ, ਐਵਰੇਜ ਗਰੋਥ ਰੇਟ ਰਹੀ ਹੈ ਲਾਸਟ 1.5 to 2 ਡਿਕੇਡਸ ਵਿੱਚ। ਕਦੀ ਵੀ ਇਹ ਗਰੋਥ ਰੇਟ ਇੰਡੀਆ ਨੇ ਕਦੀ ਅਚੀਵ ਨਹੀਂ ਕੀਤੀ ਹੈ, ਪਰ ਕੈਪੀਟਾ ਇਨਕਮ ਦੇ ਤੌਰ 'ਤੇ ਦੇਖ ਲਈਏ ਤਾਂ ਉਹ ਵੀ ਬਹੁਤ ਤੇਜ਼ੀ ਨਾਲ ਵਧੀ ਹੈ। ਸੋ ਜੇ ਮੋਟੇ ਤੌਰ 'ਤੇ ਜਿਹੜੇ ਐਗਰੀਗੇਟ ਆਂਕੜੇ ਹੁੰਦੇ ਆ ਗਰੋਥ ਰੇਟ ਬਾਰੇ ਜਾਂ ਪਰ ਕੈਪੀਟਾ ਇਨਕਮ ਦੀ ਗਰੋਥ ਰੇਟ ਬਾਰੇ, ਇੰਡੀਆ ਦੀ ਬਰੋਡਲੀ ਪਰਫੋਰਮੈਂਸ ਕਾਫੀ ਇੰਪਰੈਸਿਵ ਮੰਨੀ ਗਈ ਹੈ। ਅਤੇ ਉਹ ਜਿਹੜੀ ਇੰਪਰੈਸਿਵ ਪਰਫੋਰਮੈਂਸ ਹੈ ਉਹਦਾ ਰਿਫਲੈਕਸ਼ਨ ਮੰਨਿਆ ਗਿਆ ਕਿ ਬਈ ਇਹ ਗਰੋਥ ਇੰਨੀ ਸਸਟੇਨੇਬਲ ਹੈ ਕਿ ਵਿਸ਼ਵ ਮੰਦੀ ਦੇ ਬਾਵਜੂਦ ਇਹ ਢਿੱਲੀ ਨਹੀਂ ਪਈ ਅਤੇ ਉਂਝ ਚਲੀ ਜਾ ਰਹੀ ਹੈ। ਸੋ ਇੱਕ ਪਾਸੇ ਤਾਂ ਇਹ ਗੱਲ ਹੈ, ਦੂਜੇ ਪਾਸੇ ਇਹ ਵੀ ਸਾਫ਼ ਹੈ, ਤੁਸੀਂ ਵੀ ਇੰਡੀਆ ਜਾਂਦੇ ਹੋ, ਇੱਥੋਂ ਬਹੁਤ ਵਾਰੀ ਜਾਂਦੇ ਹੋ, ਉੱਥੋਂ ਦੇ ਅਖਬਾਰ ਵੀ ਦੇਖਦੇ ਹੋ, ਤਸਵੀਰਾਂ ਵੀ ਦੇਖਦੇ ਹੋ ਕਿ ਹਿੰਦੁਸਤਾਨ ਇੱਕ ਹਿੰਦੁਸਤਾਨ ਨਹੀਂ ਹੈ। ਹਿੰਦੁਸਤਾਨ ਵਿੱਚ ਘੱਟ ਤੋਂ ਘੱਟ 2, ਮੇਰਾ ਖਿਆਲ ਹੈ 10-20 ਕਿਸਮ ਦੇ ਹਿੰਦੁਸਤਾਨ ਰਹਿੰਦੇ ਨੇ। ਉਹ ਇਨ ਸੈਂਸ ਕਿ ਹਿੰਦੁਸਤਾਨ ਦੀ ਜਿਹੜੀ ਸੁਸਾਇਟੀ ਹੈ, ਇਕੋਨਮੀ ਹੈ, ਉਹ ਮਲਟੀ ਲੇਅਰਡ ਹੈ, ਉਹਦੇ ਵਿੱਚ ਡਿਫਰੈਂਟ ਸੋਸ਼ਲ ਕਲਾਸਿਸ ਹੈ, ਕਾਸਟ ਨੇ, ਅਤੇ ਉਹਨਾਂ ਦਾ ਜਿਹੜਾ ਇਹ ਜਿਹੜਾ ਹਿੰਦੁਸਤਾਨ ਦਾ ਇੰਪ੍ਰੈਸਿਵ ਗਰੋਥ ਪਰਫੋਰਮੈਂਸ ਹੈ, ਜਿਹੜੇ ਆਂਕੜੇ ਦੱਸ ਰਹੇ ਨੇ 7% ਗਰੋਥ ਪਰ ਕੈਪੀਟਾ ਇਨਕਮ ਦਾ ਪਿਛਲੇ 10 ਸਾਲਾਂ ਵਿੱਚ 3 ਗੁਣਾ ਹੋ ਜਾਣਾ, ਇਹੋ ਜਿਹੇ ਜਿਹੜੇ ਆਂਕੜੇ ਸਾਡੇ ਅੱਗੇ ਸੁੱਟੇ ਜਾਂਦੇ ਨੇ, ਉਹ ਉਸਦੇ ਕਿਸ ਹੱਦ ਤੱਕ ਸਾਂਝੇਦਾਰ ਨੇ ਇਹ ਤੁਹਾਨੂੰ ਕਈ ਲੈਵਲ 'ਤੇ ਦਿਖਦਾ ਹੈ। ਕੁਛ ਤਸਵੀਰਾਂ 'ਚ ਬਿਲਕੁਲ ਨਜ਼ਰ ਆਉਂਦਾ ਹੈ, ਇੱਕ ਪਾਸੇ ਇੱਕ ਫੋਟੋ, ਦੂਜੇ ਪਾਸੇ ਦੂਜੀ ਫੋਟੋ ਜਿਹੀ ਤੁਸੀਂ ਦੇਖਦੇ ਹੋ, ਪਰ ਹਿੰਦੁਸਤਾਨ ਵਿੱਚ ਇਹ ਅਤੇ ਹਿੰਦੁਸਤਾਨ ਦੇ ਬਾਹਰ ਘੱਟ। ਮੇਰੇ ਖਿਆਲ ਇੱਕ ਗੱਲ ਸਾਫ਼ ਹੋ ਗਈ ਹੈ ਕਿ ਇਹ ਜਿਹੜਾ 20 ਸਾਲ ਦਾ ਹਾਈ ਗਰੋਥ ਪਰਫੋਰਮੈਂਸ ਰਹੀ ਹੈ, ਇਹ ਹਾਈ ਗਰੋਥ ਪਰਫੋਰਮੈਂਸ ਸਭ ਲਈ ਇਕੁਅਲ ਕਿਸਮ ਦਾ ਬੈਨੀਫਿਟ ਨਹੀਂ ਲਾਈ ਹੈ, ਸਭ ਦੀ ਬਰਾਬਰੀ ਦਾ ਬੈਨੀਫਿਟ ਨਹੀਂ ਲਾਈ। ਇਹ ਕੋਈ ਨਿਊਜ਼ ਨਹੀਂ ਹੈ, ਕੋਈ ਮੈਂ ਨਈ ਗੱਲ ਨਹੀਂ ਦੱਸ ਰਿਹਾ, ਸਭ ਨੂੰ ਪਤਾ ਹੈ ਕਿ ਪਿਛਲੀ ਗਰੋਥ ਜਾਂ ਪਹਿਲੇ ਦੀ ਗਰੋਥ ਵੀ ਇਕੁਅਲ ਬੈਨੀਫਿਟਸ ਨਹੀਂ ਲਾਈ ਸੀ। ਸੋ ਪੁਆਇੰਟ ਕੀ ਹੈ, ਪੁਆਇੰਟ ਇਹ ਸਿੰਪਲ ਇਹ ਹੈ ਕਿ ਜਿਹੜੀ ਇਹ ਗਰੋਥ ਜਿਹੜੀ ਕਿ ਇੰਨੀ ਹਾਈ ਹੋਈ ਹੈ, ਇਹ ਹਾਈ ਗਰੋਥ ਨੇ ਇਹ ਦੂਰੀ ਵਧਾਈ ਹੈ। ਮੈਂ ਤੁਹਾਨੂੰ ਬਹੁਤ ਸਾਰੇ ਆਂਕੜੇ ਦੇ ਸਕਦਾ, ਮੇਰੇ ਕੋਲ ਲਿਖੇ ਹੋਏ ਨੇ, ਟਾਈਮ ਨਹੀਂ ਹੈ, 15-20 ਮਿੰਟ ਦੀ ਗੱਲ ਹੋਈ ਹੈ, ਕਈ ਸਾਰੀ ਗੱਲਾਂ ਕਰਨਾ ਚਾਹੁੰਦੇ ਕਿ ਪਾਵਰਟੀ ਨੂੰ ਲੈ ਕੇ, ਵੀ ਪਾਵਰਟੀ ਹਿੰਦੁਸਤਾਨ 'ਚ ਕਮ ਹੋਈ ਹੈ, ਰੂਰਲ ਪਾਵਰਟੀ ਵੀ ਕਮ ਹੋਈ ਹੈ, ਅਰਬਨ ਪਾਵਰਟੀ ਵੀ ਕਮ ਹੋਈ ਹੈ, ਜੇ ਉਹਨੂੰ ਤੁਸੀਂ ਥੋੜ੍ਹਾ ਜਿਹਾ ਖੋਲ੍ਹਣਾ ਸ਼ੁਰੂ ਕਰ ਦਿਓ, ਥੋੜ੍ਹਾ ਜਿਹਾ ਤੋੜਨਾ ਸ਼ੁਰੂ ਕਰ ਦਿਓ। ਮੈਂ ਬਿਲਕੁਲ ਜ਼ਿੰਮੇਦਾਰੀ ਨਾਲ ਇਹ ਬਾਤ ਕਹਿ ਰਿਹਾ ਕਿਉਂਕਿ ਮੈਂ ਮੁੱਖ ਤੌਰ 'ਤੇ ਆਂਕੜਿਆਂ 'ਤੇ ਹੀ ਕੰਮ ਕਰਦਾ, ਗੁਜਰਾਤ 'ਤੇ ਵੀ ਸਾਰਾ ਕੰਮ ਸਿਰਫ ਆਂਕੜਿਆਂ 'ਤੇ ਹੈ, ਕਿ ਇਹ ਜਿਹੜੀ ਪਾਵਰਟੀ ਘੱਟ ਹੋਈ ਹੈ ਇਹਦੇ ਵਿੱਚ ਸਭ ਤੋਂ ਘੱਟ ਫਾਇਦਾ ਮਜ਼ਦੂਰ ਵਰਗ ਨੂੰ ਹੋਇਆ ਹੈ। ਰੂਰਲ ਏਰੀਆ ਵਿੱਚ ਐਗਰੀਕਲਚਰ ਲੇਬਰਸ ਨੂੰ, ਜਿਹੜਾ ਨੈਸ਼ਨਲ ਸੈਂਪਲ ਸਰਵੇ ਵਿੱਚ ਕੈਟੇਗਰੀ ਹੈ ਜਿਹਦੇ ਥਰੂ ਅਸੀਂ ਡਾਟਾ ਐਨਾਲਾਈਜ਼ ਕਰਦੇ ਹਾਂ, ਅਤੇ ਅਰਬਨ ਏਰੀਆ ਵਿੱਚ ਕੈਸ਼ੂਅਲ ਲੇਬਰ। ਸੋ ਐਗਰੀਕਲਚਰ ਲੇਬਰ ਅਤੇ ਕੈਸ਼ੂਅਲ ਲੇਬਰ ਇਹਦਾ ਲੀਸਟ ਬੈਨੀਫਿਸ਼ਰੀ ਹੈ ਜਿਹੜਾ ਇਹ ਪਾਵਰਟੀ ਵਿੱਚ ਸਾਨੂੰ ਗੇਨ ਹੋਇਆ। ਉਹ ਭਾਵੇਂ ਐਕਸ ਪਰਸੈਂਟ ਤੋਂ ਵਾਈ ਪਰਸੈਂਟੇਜ ਹੋ ਗਈ, ਉਹ 3 ਗੁਣਾ ਗਿਰ ਗਈ ਹੈ, ਉਹ ਸਾਰੀ ਕਹਾਣੀ ਵਿੱਚ ਲੇਬਰ। ਜੇ ਤੁਸੀਂ ਇਹਨੂੰ ਇਸ ਲੇਬਰ ਅਤੇ ਕਾਸਟ ਵਿੱਚ ਵੀ ਤੋੜਦੇ ਹੋ, ਕਿਉਂਕਿ ਪਾਵਰਟੀ ਜਿਹੜੀ ਹੈਗੀ ਉਹ ਹਾਊਸ ਹੋਲਡ ਕਰੈਕਟਰਿਸਟਿਕ ਹੈ,
ਉਹ ਇੰਡੀਵਿਜੁਅਲ ਕੈਰੈਕਟਰਿਸਟਿਕ ਨਹੀਂ ਹੈ, ਇਸ ਕਰਕੇ ਅਸੀਂ ਮੈਨ ਵੂਮੈਨ ਦੀ ਗੱਲ ਨਹੀਂ ਕਰ ਸਕਦੇ ਜਿਸ ਤਰ੍ਹਾਂ ਸਾਨੂੰ ਆਂਕੜੇ ਮਿਲਦੇ ਹਨ। ਪਰ ਜੇ ਤੁਸੀਂ ਉਹਨੂੰ ਹਾਊਸਹੋਲਡ ਕੈਟੇਗਰੀ ਵਿੱਚ ਤੋੜ ਕੇ ਸੋਸ਼ਲੀ ਦੇਖਦੇ ਹੋ ਤਾਂ ਇਹਦੇ ਵਿੱਚ ਵੀ ਜਿਹੜਾ ਦਲਿਤ ਹਾਊਸਹੋਲਡ ਹੈ, ਸੋ ਦਲਿਤ ਲੇਬਰਿੰਗ ਹਾਊਸਹੋਲਡ ਇਹਦਾ ਲੀਸਟ ਬੈਨੀਫਿਸ਼ਰੀ ਰਿਹਾ ਹੈ, ਇਹਦੇ ਵਿੱਚ ਕੋਈ ਕੰਟਰੋਵਰਸੀ ਨਹੀਂ ਹੈ, ਕੋਈ ਡਿਬੇਟ ਨਹੀਂ। ਦਲਿਤ ਔਰ ਸ਼ਡਿਊਲ ਟ੍ਰਾਈਬਸ, ਉਹ ਤੁਸੀਂ ਕੋਈ ਵੀ ਪੀਰੀਅਡ ਦੇਖ ਲਓ, ਉਹ ਇਹਦੇ ਵਿੱਚ ਲੀਸਟ ਬੈਨੀਫਿਸ਼ਰੀ ਰਹੇ ਹਨ। ਜਿਹੜੇ ਸੈਲਫ ਇੰਪਲੋਇਡ ਨੇ, ਜਿਹੜੀ ਪੈਜੈਂਟਰੀ ਹੈ ਜਾਂ ਰੈਗੂਲਰ ਵੇਜ ਵਰਕਰਸ, ਰੈਗੂਲਰ ਸੈਲਰੀਡ ਇੰਪਲੋਈਜ਼ ਨੇ, ਉਹਨਾਂ ਨੂੰ ਇਸ ਦੇ ਵਿੱਚ ਜ਼ਿਆਦਾ ਗੇਨ ਹੋਇਆ। ਸੋ ਜੇ ਸਿਰਫ ਪਾਵਰਟੀ ਦੇ ਆਂਕੜੇ ਲੈ ਕੇ ਦੇਖੋ, ਬਾਕੀ ਡਿਟੇਲਸ ਨਾ ਜਾਓ, ਤਾਂ ਸਾਫ ਗੱਲ ਸਪਸ਼ਟ ਹੈ ਕਿ ਜਿਹੜੀ ਇਹ ਹਾਈ ਗਰੋਥ ਹੋਈ ਹੈ, ਇਹਨੇ ਰਿਲੇਟਿਵ ਬੈਨੀਫਿਟ ਜਿਹੜਾ ਹੈਗਾ ਉਹ ਇੱਕ ਖਾਸ ਕਿਸਮ ਦੇ ਲੋਕਾਂ ਨੂੰ ਦਿੱਤਾ ਹੈ ਅਤੇ ਖਾਸ ਕਿਸਮ ਦੇ ਲੋਕਾਂ ਨੂੰ ਘੱਟ ਦਿੱਤਾ ਹੈ। ਮੈਂ ਬਿਲਕੁਲ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਨੂੰ ਗੇਨ ਨਹੀਂ ਹੋਇਆ, ਉਹ ਇੱਥੋਂ ਇੱਥੇ ਨਹੀਂ ਉੱਠੇ ਨੇ, ਉਹ ਇੱਥੋਂ ਇੱਥੇ ਉੱਠੇ ਨੇ, ਪਰ ਜਿਹੜੇ ਇੱਥੇ ਨੇ ਉਹ ਇੱਥੋਂ ਇੱਥੇ ਚਲੇ ਗਏ ਨੇ। ਸੋ ਜਿਹੜਾ ਰਿਲੇਟਿਵ ਗੈਪ ਹੈ ਉਹ ਬਹੁਤ ਜ਼ਿਆਦਾ ਵਧਿਆ। ਅਸੀਂ ਆਮ ਤੌਰ 'ਤੇ ਜਦੋਂ ਆਂਕੜੇ ਨੂੰ ਐਨਲਾਈਜ਼ ਕਰਦੇ ਤਾਂ ਅਸੀਂ ਸੋਸ਼ਲ ਗੈਪ ਨਿਕਾਲਦੇ ਹਾਂ ਕਿ ਦਲਿਤ ਅਤੇ ਨੋਨ ਦਲਿਤ, ਮਜ਼ਦੂਰ ਅਤੇ ਗੈਰ ਮਜ਼ਦੂਰ, ਉਹਨਾਂ ਵਿੱਚ ਜਿਹੜੀ ਦੂਰੀ ਹੈ, ਜਿਹੜੇ ਵੀ ਚੀਜ਼, ਜਿਹੜਾ ਵੀ ਪੱਖ ਆਪਾਂ ਦੇਖ ਰਹੇ, ਭਾਵੇਂ ਪਾਵਰਟੀ ਨੂੰ ਲੈ ਕੇ ਦੇਖ ਰਹੇ, ਭਾਵੇਂ ਵੇਜਿਸ ਨੂੰ ਦੇਖ ਕੇ ਦੇਖ ਰਹੇ, ਇਨਕਮ ਨੂੰ ਲੈ ਕੇ ਦੇਖ ਰਹੇ ਨੇ, ਇੰਪਲੋਇਮੈਂਟ ਨੂੰ ਲੈ ਕੇ ਦੇਖ ਰਹੇ ਨੇ, ਉਹ ਸਾਰੇ ਵਿੱਚ ਇਹ ਸੋਸ਼ਲ ਗੈਪ ਵਧਿਆ ਜਾਂ ਘਟਿਆ। ਆਫਟਰਆਲ ਇਹ ਜਿਹੜਾ ਡਿਵੈਲਪਮੈਂਟ ਜੇ ਅਸੀਂ ਸੈਲੀਬਰੇਟ ਕਰਨਾ ਚਾਹੁੰਦੇ ਹਾਂ ਤਾਂ ਤਦ ਹੀ ਸੈਲੀਬਰੇਟ ਕਰ ਸਕਦੇ ਹਾਂ ਜੇ ਘੱਟ ਤੋਂ ਘੱਟ ਆਮ ਲੋਕਾਂ ਦੀ ਜ਼ਿੰਦਗੀ ਥੋੜ੍ਹੀ ਬਿਹਤਰ ਹੋਏ। ਮੈਂ ਹੁਣੇ ਕੁਛ ਹੋਰ ਆਂਕੜੇ ਦੇਖ ਰਿਹਾ ਸੀ, ਮਤਲਬ ਹਿੰਦੁਸਤਾਨ ਵਿੱਚ 33% ਲੋਕ ਇਹੋ ਜਿਹੇ ਨੇ ਜਿਹੜੇ $1.25 ਤੋਂ ਘੱਟ ਹੈਗੇ। ਚਾਈਨਾ ਵਿੱਚ ਇਹ ਆਬਾਦੀ 12% ਹੈ, ਬ੍ਰਾਜ਼ੀਲ ਵਿੱਚ 6% ਹੈ, ਯੂਨਾਈਟਿਡ ਸਟੇਟਸ ਜਿਹੜਾ ਕਿ ਇੱਕ ਪੂੰਜੀਵਾਦੀ ਮੁਲਕ ਹੈ ਜਿਹਦਾ ਸਾਡਾ ਉਹਦਾ ਡਿਵੈਲਪਮੈਂਟ ਪੈਰਾਡਾਈਮ ਸਾਨੂੰ ਕਿਸੇ ਤੌਰ 'ਤੇ ਇੰਸਪਾਇਰ ਨਹੀਂ ਕਰਦਾ, ਉਹਦੇ ਵਿੱਚ 0% ਹੈ। ਸੋ ਹਿੰਦੁਸਤਾਨ ਵਿੱਚ ਜਿਹੜੀ ਇਸ ਕਿਸਮ ਦੀ ਗਰੀਬੀ ਹੈ, ਇਸ ਕਿਸਮ ਦੀ ਐਬਸੋਲੂਟ ਪਾਵਰਟੀ ਹੈ, ਉਹਨੂੰ ਸਬਸਟੈਂਸ਼ੀਅਲ ਗੇਨਸ ਨਹੀਂ ਹੋਏ ਨੇ ਅਤੇ ਰਿਲੇਟਿਵ ਡਿਸਟੈਂਸ ਲੋਕਾਂ 'ਚ ਵਧਿਆ ਹੈ। ਇਹ ਹੁਣ ਹੋਰ ਪੈਮਾਨਿਆਂ 'ਚ ਵੀ ਦੇਖਿਆ ਜਾ ਸਕਦਾ ਬੜੇ ਸਪਸ਼ਟ ਤੌਰ 'ਤੇ। ਇੰਪਲੋਇਮੈਂਟ ਨੂੰ ਲੈ ਕੇ ਦੇਖੀਏ, ਬੜਾ ਕਲੀਅਰ ਹੈ ਕਿ ਇੰਪਲੋਇਮੈਂਟ ਵਿੱਚ ਕੀ ਹੋਇਆ। ਇਨਫੈਕਟ ਅਗਰ ਸਰਕਾਰ ਦਾ ਤੁਸੀਂ ਕੋਈ ਵੈਬਸਾਈਟ ਖੋਲੋ ਤਾਂ ਉਹਦੇ ਕਹੋ ਕਿ ਉਹਦੀ ਇੰਪਲੋਇਮੈਂਟ ਪਾਲਿਸੀ ਕੀ ਹੈ, ਤਾਂ ਉਹਦਾ ਮੁੱਖ ਟਾਰਗੇਟ ਹੈ ਲੋਕਾਂ ਨੂੰ ਸੈਲਫ ਇੰਪਲੋਇਮੈਂਟ ਦੇਣਾ। ਪੰਜਾਬ ਵਿੱਚ ਮੈਂ ਬਹੁਤ ਕੰਮ ਕਰਦਾ ਅਤੇ ਪੰਜਾਬ ਦੀ ਜਿਹੜੀ ਵੈਬਸਾਈਟ ਹੈ ਉਹ ਪਤਾ ਕੀ ਕਹਿੰਦੀ ਹੈ, ਉਹ ਕਹਿੰਦੀ ਹੈ ਕਿ ਲੋਕਾਂ ਨੂੰ ਕਿੰਝ ਮੁਰਗੀ ਖਾਣੇ ਖੁਲਵਾਈਏ। ਇਹ ਉਹਨਾਂ ਦੀ ਇੰਪਲੋਇਮੈਂਟ ਪਾਲਿਸੀ ਦਾ ਓਬਜੈਕਟਿਵ ਹੈ, ਯਾਨੀ ਲੋਕਾਂ ਨੂੰ ਇਸ ਕਿਸਮ ਦੀ ਨੌਕਰੀਆਂ ਦੇਣਾ ਉਹਦਾ ਸਿਸਟਮ ਦਾ ਓਬਜੈਕਟਿਵ ਹੈ। ਕੋਈ ਸਕਿੱਲ ਫਾਰਮੇਸ਼ਨ ਨਹੀਂ, ਕੋਈ ਉਹਦੇ ਬਾਰੇ ਅਪਲਾਈਡ ਸਕਿੱਲਸ ਦਾ ਪੈਦਾ ਨਾ ਕਰਨਾ, ਮਾਰਕੀਟ ਦੇ ਨਾਲ ਉਹਨੂੰ ਕੋਈ ਲਿੰਕ ਨਾ ਕਰਨਾ, ਸਿਰਫ ਲੋਕਾਂ ਨੂੰ ਇਹੋ ਜਿਹੀ ਮਦਦ ਕਰਨਾ ਕਿ ਉਹ ਆਪਣੇ ਆਪ ਨੂੰ ਖੁਦ ਕਿਸੇ ਕੰਮ 'ਚ ਲਾ ਸਕਣ। ਜੇ ਕਿਸੇ ਮੁਲਕ ਦਾ, ਕਿਸੇ ਸੋਸਾਇਟੀ ਦਾ, ਕਿਸੇ ਪ੍ਰੋਵਿੰਸ ਦਾ ਇਹ ਇੰਪਲੋਇਮੈਂਟ ਪਾਲਿਸੀ ਦਾ ਓਬਜੈਕਟਿਵ ਹੈ ਤਾਂ ਉਹ ਕਿੰਨੀ ਦੂਰ ਇਸ ਦੁਨੀਆ ਵਿੱਚ ਕੰਪੀਟ ਕਰ ਸਕਦੀ ਹੈ ਇਹ ਆਪਾਂ ਦੇਖ ਸਕਦੇ ਹਾਂ। ਹਾਇਰ ਐਜੂਕੇਸ਼ਨ ਨੂੰ ਲੈ ਲਈਏ, ਹਾਇਰ ਐਜੂਕੇਸ਼ਨ ਵਿੱਚ ਜੇ ਜਿਹੜਾ 20 ਤੋਂ 24 ਸਾਲ ਦੇ ਲੋਕ ਹੁੰਦੇ ਨੇ ਜਿਹੜੇ ਹਾਇਰ ਐਜੂਕੇਸ਼ਨ ਦੀ ਏਜ ਗਰੁੱਪ ਵਿੱਚ ਨੇ, ਇੰਡੀਆ ਵਿੱਚ ਉਹਦਾ ਪਾਰਟੀਸਪੇਸ਼ਨ ਇਜ਼ ਬਿਟਵੀਨ 8-11%, ਦੀ ਐਵਰੇਜ ਇਨ ਦਾ ਵਰਲਡ ਇਜ਼ 50-85%। ਸੋ ਇੰਡੀਆ ਦੀ ਜਿਹੜੀ ਇਹ ਗੈਪ ਹੈ ਇਹ ਇੰਨੀ ਜ਼ਿਆਦਾ ਹੈ, ਉਹਦੇ ਬਾਰੇ ਇੰਡੀਅਨ ਪੋਲਿਸੀ ਮੇਕਰ, ਇੰਡੀਆ ਦਾ ਡਿਵੈਲਪਮੈਂਟ ਜਿਹੜਾ ਹੈਗਾ ਉਹਦੇ ਬਾਰੇ ਸਜਗ ਹੋ ਕੇ ਕੋਂਸਟੈਂਟਲੀ ਕੰਮ ਕਰ ਰਿਹਾ ਹੋਏ, ਇਹ ਸਾਨੂੰ ਨਹੀਂ ਦਿਖਦਾ। ਸੋ ਇੱਕ ਪਾਸੇ ਇੱਕ ਹਾਈ ਗਰੋਥ ਸਟੋਰੀ ਹੈ, ਦੂਜੇ ਪਾਸੇ ਇੱਕ ਕਲੀਅਰ ਕੰਸੈਂਸਸ ਹੈਗਾ ਕਿ ਹਿੰਦੁਸਤਾਨ ਦੀ ਜਿਹੜੀ ਡਿਵੈਲਪਮੈਂਟ ਹੈ, ਹਿੰਦੁਸਤਾਨ ਦੀ ਜਿਹੜੀ ਗਰੋਥ ਹੈ, ਇਹਨੇ ਇੱਕ ਖਾਸ ਕਿਸਮ ਦਾ ਸੋਸ਼ਲ ਐਕਸਕਲੂਜਨ ਪੈਦਾ ਕੀਤਾ ਹੈ। ਇਹ ਸੋਸ਼ਲ ਐਕਸਕਲੂਜਨ ਪਿਛਲੇ 20 ਸਾਲ 'ਚ ਵਧਿਆ ਹੈ, ਇਹਦੇ ਵਿੱਚ ਨਵੇਂ ਕੰਪੋਨੈਂਟਸ ਆਏ ਨੇ, ਨਵੇਂ ਐਲੀਮੈਂਟਸ ਆਏ ਨੇ। ਤਾਂ ਜੇ ਆਪਾਂ ਹਿੰਦੁਸਤਾਨ ਬਾਰੇ ਆਪਾਂ ਗੱਲ ਕਰਨਾ ਚਾਹੁੰਦੇ ਹਾਂ ਅੱਜ, ਤਾਂ ਸਾਨੂੰ ਇਹ ਦੋਨਾਂ ਚੀਜ਼ਾਂ ਨੂੰ ਜੋੜ ਕੇ ਦੇਖਣਾ ਪਏਗਾ ਅਤੇ ਇਹ ਜਿਹੜੇ ਸੋਸ਼ਲ ਐਕਸਕਲੂਜਨ ਦੇ ਫੀਚਰਸ ਨੇ, ਕਰੈਕਟਰਿਸਟਿਕਸ ਨੇ, ਇਹਨੂੰ ਗੰਭੀਰਤਾ ਨਾਲ ਸਮਝਾ ਪਏਗਾ। ਅਤੇ ਮੈਨੂੰ ਇਹ ਲੱਗਦਾ ਹੈ ਕਿ ਜਿਹਨੂੰ ਮੈਂ ਕਹਿ ਰਿਹਾ, ਪਰ ਇਹਦੀ ਕੰਟੈਂਟ ਨੂੰ ਅਸੀਂ ਇਹਦੇ ਨਾਲ ਇੰਗੇਜ ਨਹੀਂ ਹੋ ਰਹੇ, ਯਾਨੀ ਜੋ ਲੋਕ ਇਸ ਚੀਜ਼ ਨੂੰ ਅੱਗੇ, ਇਸ ਲੜਾਈ ਨੂੰ, ਦਲਿਤਾਂ ਦੀ, ਆਮ ਮਾਰਜਨਲਾਈਜ਼ ਲੋਕਾਂ ਦੀ ਲੜਾਈ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹੈ, ਉਹ ਜਿਹੜਾ ਸਰਕਾਰ ਉਹਨਾਂ ਵਾਸਤੇ ਕਰ ਰਹੀ ਹੈ ਇੰਸਟੀਟਿਊਸ਼ਨਲ ਰਿਸਪੋਂਸ, ਉਹ ਜਿੰਨੇ ਵੀ ਮਕਸਦ ਨਾਲ ਕਰ ਰਹੀ ਹੈ, ਜਿਹੜੇ ਵੀ ਮਕਸਦ ਨਾਲ ਕਰ ਰਹੀ ਹੈ, ਲੋਕਾਂ ਦੇ ਦਬਾਅ ਲਈ ਕਰ ਰਹੀ ਹੈ, ਆਪਣੀ ਲੈਜੀਟੀਮੇਸੀ ਵਾਸਤੇ ਕਰ ਰਹੀ ਹੈ, ਅਸੀਂ ਉਹਦੀ ਡਿਟੇਲਸ ਵਿੱਚ ਇੰਗੇਜ ਨਹੀਂ ਕਰ ਰਹੇ ਜਿੰਨਾ ਸਾਨੂੰ ਕਰਨਾ ਚਾਹੀਦਾ। ਉਹਦੇ ਵਿੱਚ ਸਿਰਫ 2 ਸੈਕਸ਼ਨਸ ਉਹਦੇ ਨਾਲ ਬਹੁਤ ਇੰਟਰਸਟਿੰਗਲੀ ਇੰਗੇਜ ਕਰ ਰਹੇ ਨੇ, ਪਰ ਉਹ ਹੈਗੇ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਐਕਟ ਹੈਗਾ ਅਤੇ ਦੂਜੇ ਪਾਸੇ ਵੁਮੈਨਸ ਮੂਵਮੈਂਟ। ਵੁਮੈਨਸ ਮੂਵਮੈਂਟ ਜਿਹੜਾ ਇੰਸਟੀਟਿਊਸ਼ਨਲ ਰਿਸਪੋਂਸ ਹੈ ਇਹ ਇਨਇਕੁਆਲਿਟੀਜ਼ ਨੂੰ ਕਰਦੇ ਹੋਏ ਅਤੇ ਲੋਕਾਂ ਦੇ ਦਬਾਅ ਨੂੰ ਕਰਦੇ ਹੋਏ, ਇਹ ਦੋਨੋਂ ਚੀਜ਼ਾਂ ਇਸ ਦੇ ਨਾਲ ਇੰਗੇਜ ਕਰਨ ਦੀ ਕੋਸ਼ਿਸ਼ ਕਰ ਰਹੀਆਂ। ਅਤੇ ਇੰਗੇਜ ਕਰਨਾ ਕਿਉਂ ਜ਼ਰੂਰੀ ਹੈ? ਬਿਕੋਜ਼ ਇਹਦੇ ਨਾਲ ਇੰਗੇਜ ਕਰਦੇ ਹੀ ਅਸੀਂ ਇਹਦੀ ਬਾਉਂਡਰੀਜ਼ ਨੂੰ ਪੁਸ਼ ਕਰ ਸਕਦੇ ਹਾਂ, ਇਹਦੀ ਬਾਉਂਡਰੀਜ਼ ਨੂੰ ਪੁਸ਼ ਕਰਕੇ ਅਸੀਂ ਲੋਕਾਂ ਨੂੰ ਦੱਸ ਸਕਦੇ ਹਾਂ ਕਿ ਇਹ ਜਿਹੜਾ ਸਰਕਾਰ ਨੇ ਤੁਹਾਡੇ ਲਈ ਚੀਜ਼ ਪੈਦਾ ਕੀਤੀ ਹੈ ਇਹ ਤੁਹਾਨੂੰ ਬਹੁਤ ਦੂਰ ਤੱਕ ਨਹੀਂ ਲਿਜਾ ਸਕਦੀ, ਇਸ ਕਰਕੇ ਤੁਹਾਨੂੰ ਸਾਡੇ ਨਾਲ ਜੁੜਨ ਦੀ ਲੋੜ ਹੈ, ਬਿਕੋਜ਼ ਇਹ ਤੁਹਾਨੂੰ ਇੰਨੀ ਦੂਰ ਤੱਕ ਲਿਜਾਏਗੀ, ਇਹ ਤੁਹਾਡੇ ਇਹ ਮਕਸਦ ਨਹੀਂ ਪੂਰੇ ਕਰੇਗੀ। ਇਸ ਕਿਸਮ ਦੀ ਇੰਗੇਜਮੈਂਟ ਖਾਸ ਤੌਰ 'ਤੇ ਪੰਜਾਬ ਵਿੱਚ ਪੋਲੀਟੀਕਲ ਐਕਟਰਸ ਦੁਆਰਾ, ਸਾਡੇ ਆਪਣੇ ਸਾਥੀਆਂ ਦੁਆਰਾ ਬਹੁਤ ਘੱਟ ਹੈ। ਅਸੀਂ ਇੰਗੇਜ ਨਹੀਂ ਕਰ ਰਹੇ, ਉਸਨੂੰ ਬਾਈਪਾਸ ਕਰ ਰਹੇ ਨੇ।
ਉਹ ਬਾਈਪਾਸ ਕਰਨ ਦੇ ਬਾਅਦ ਹੁੰਦਾ ਹੈ ਕਿ ਜੇ ਅਸੀਂ ਲੋਕਾਂ ਕੋਲ ਜਾਂਦੇ ਹਾਂ ਅਤੇ ਲੋਕਾਂ ਨਾਲ ਆਪਣੀ ਗੱਲ ਕਰਦੇ ਹਾਂ ਤਾਂ ਉਹ ਲੋਕਾਂ ਦੀ ਜਿਹੜੀ ਜ਼ਿੰਦਗੀ ਵਿੱਚ ਹੋ ਰਿਹਾ ਹੈ ਉਹਦੇ ਨਾਲ ਜੁੜਿਆ ਵਾ ਨਹੀਂ, ਅਸੀਂ ਕਹਿੰਦੇ ਇਹ ਸਾਰਾ ਗਲਤ ਹੋ ਰਿਹਾ। ਪਰ ਉਹ ਗਲਤ ਦਾ ਜਿਹੜਾ ਐਕਸਪੀਰੀਅੰਸ ਹੈ, ਉਹਦੀ ਜਿਹੜੀ ਲਿਮਿਟੇਸ਼ਨਸ ਨੇ, ਉਹਦੇ ਜਿਹੜੇ ਚੈਲੇਂਜਸ ਨੇ, ਉਹ ਲੋਕਾਂ ਦੇ ਅੱਗੇ ਖੁੱਲ੍ਹ ਕੇ ਨਹੀਂ ਆਉਂਦੇ। ਇਹ ਇੰਗੇਜਮੈਂਟ ਜਿਹੜੀ ਹੈ ਕਿ ਮੈਨੂੰ ਲੱਗਦਾ ਇਹ, ਮੈਂ ਤਾਂ ਬਹੁਤ ਮੋਟੀ ਗੱਲ ਕੀਤੀ, ਇਹਦੀ ਡਿਟੇਲਸ ਵੀ ਸਮਝਣ ਦੀ ਲੋੜ ਹੈ ਕਿ ਅਸੀਂ ਕਿਸ ਤਰ੍ਹਾਂ ਇਹ ਇੰਸਟੀਟਿਊਸ਼ਨਲ ਰਿਸਪੋਂਸ ਜਿਹੜਾ ਸਟੇਟ ਦਾ ਹੈ, ਪੰਜਾਬ ਸਰਕਾਰ ਦਾ ਹੈ, ਭਾਰਤ ਸਰਕਾਰ ਦਾ ਹੈ, ਛੋਟੀ ਛੋਟੀ ਚੀਜ਼ਾਂ ਨੂੰ ਲੈ ਕੇ। ਪੰਜਾਬ ਨੇ ਆਟਾ ਦਾਲ ਸਕੀਮ ਕਰਤੀ, ਪੰਜਾਬ ਕਹਿੰਦਾ ਸਾਨੂੰ ਸਾਡੇ ਕੋਲ ਕੋਈ ਪੂਅਰ ਹੈ ਹੀ ਨਹੀਂ, ਦੇਰ ਇਜ਼ ਨੋ ਪੋਵਰਟੀ ਇਨ ਪੰਜਾਬ। ਸੋ ਇਸ ਕਰਕੇ ਜਿਹੜਾ ਤੁਸੀਂ ਇਹ ਨੈਸ਼ਨਲ ਰੂਰਲ ਇੰਪਲਾਇਮੈਂਟ ਗਰੰਟੀ ਪ੍ਰੋਗਰਾਮ ਲਾ ਰਹੇ ਹੋ, ਇਹ ਤਾਂ ਸਾਡੇ ਲਈ ਇਰਰੈਲੇਵੈਂਟ ਹੈ। ਸਾਨੂੰ ਬਿਕੋਜ਼ ਸਾਡੀ ਤਾਂ ਸਟੇਟ ਬੜੀ ਡਿਵੈਲਪਡ ਹੈ, ਸਾਡੀ ਸਟੇਟ ਇੰਨੀ ਡਿਵੈਲਪਡ ਹੈ ਕਿ ਅਸੀਂ ਆਪਣੀ ਇੱਕ ਸਕੀਮ ਬਣਾ ਲੈਂਦੇ ਹਾਂ, ਆਟਾ ਦਾਲ ਸਕੀਮ। ਉਹ ਆਟਾ ਦਾਲ ਸਕੀਮ ਉਹਨਾਂ ਨੇ ਬਣਾ ਲਈ, ਉਹਨੇ ਉਹਦੀ ਡਿਟੇਲਸ ਵਿੱਚ ਜਾਣ ਲੱਗੇ, ਟਾਈਮ ਨਹੀਂ ਹੈ। ਪਰ ਇੱਕ ਕਿਸਮ ਦੀ ਡਿਨਾਇਲ ਹੈ ਇਕਨੋਮਿਕ ਔਰ ਸੋਸ਼ਲ ਰਿਐਲਿਟੀ ਨੂੰ, ਉਹ ਸਰਕਾਰਾਂ ਵੱਲੋਂ ਤਾਂ ਹੈ ਫੋਰ ਦੇਅਰ ਓਨ ਰੀਜ਼ਨਸ, ਪਰ ਮੈਨੂੰ ਲੱਗਦਾ ਹੈ ਕਿ ਅਸੀਂ ਲੋਕਾਂ ਨੂੰ ਉਹਦੇ ਨਾਲ ਇੰਗੇਜ ਕਰਕੇ ਉਹਨੂੰ ਐਕਸਪੋਜ਼ ਕਰਨਾ ਚਾਹੀਦਾ ਹੈ ਕਿ ਉਹਦੀ ਲਿਮਿਟੇਸ਼ਨਸ ਇੰਨੀ ਹੈ। ਅਤੇ ਮੈਂ ਦੋ ਮੂਵਮੈਂਟ ਦੇ ਬਾਰੇ ਗੱਲ ਕੀਤੀ ਹੈ ਜਿਹੜੀ ਨਫਸ਼ਰਨ ਗੱਲ ਕਰੇਗੀ ਹੁਣ, ਇੱਕ ਵੁਮੈਨਸ ਮੂਵਮੈਂਟ, ਇੱਕ ਰਾਈਟ ਟੂ ਇਨਫੋਰਮੇਸ਼ਨ। ਭਾਵੇਂ ਰਾਈਟ ਟੂ ਇਨਫੋਰਮੇਸ਼ਨ ਦੇ ਬਾਰੇ ਸਰ, ਜਿਹੜਾ ਲੋਕਾਂ ਨੇ ਇਸਤੇਮਾਲ ਕੀਤਾ ਹੈ ਪੋਜ਼ਿਟਿਵਲੀ ਸਿਸਟਮ ਦੀ ਬਾਉਂਡਰੀਜ਼ ਨੂੰ ਪੁਸ਼ ਕਰਨ ਲਈ, ਉਹਨੂੰ ਅੱਗੇ ਲਿਜਾਣ ਲਈ, ਉਹ ਕਿਸੇ ਹੋਰ ਵੇਲੇ ਉਹਦੇ ਬਾਰੇ ਗੱਲ ਹੋ ਸਕਦੀ ਹੈ। ਪਰ ਵੁਮੈਨਸ ਮੂਵਮੈਂਟ ਨੇ ਕਿੰਝ ਜਿਹੜਾ ਸਟੇਟ ਦਾ ਇੰਸਟੀਟਿਊਸ਼ਨਲ ਰਿਸਪੋਂਡ ਹੈ ਉਹਨੂੰ ਯੂਜ਼ ਕਰਦੇ ਹੋਏ, ਉਹਨੂੰ ਇਸਤੇਮਾਲ ਕਰਦੇ ਹੋਏ ਬਾਉਂਡਰੀ ਪੁਸ਼ ਕਰਕੇ ਵੁਮੈਨਸ ਮੂਵਮੈਂਟ ਨੂੰ ਅਗਲੇ ਸਤਰ 'ਤੇ ਲੈ ਗਈ ਹੈ। ਉਹ ਐਗਜ਼ਾਮਪਲ ਤੁਹਾਡੇ ਨਾਲ ਨਫਸ਼ਰਨ ਸ਼ੇਅਰ ਕਰੀ। ਥੈਂਕ ਯੂ। ਅਤੁਲ ਜੀ, ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਔਰ ਬੜੀ ਵਿਸਥਾਰ ਦੇ ਵਿੱਚ ਇਹ ਸਭ ਕੁਛ ਸਾਨੂੰ ਦੱਸਿਆ, ਔਰ ਮੈਂ ਇਹਨਾਂ ਦੇ ਪੇਪਰਾਂ ਤੋਂ ਦੇਖ ਸਕਦਾ ਕਿ ਬੜੇ ਲੰਮੇ ਸਮੇਂ ਤੋਂ ਇਹ ਤਿਆਰੀ ਕਰ ਰਿਹਾ ਸੀ। ਸੋ ਇਹਨਾਂ ਦਾ ਜਿਹੜਾ ਸਮਾਂ ਲਾਇਆ ਆ, ਤੁਸੀਂ ਉਨੇ ਧਿਆਨ ਨਾਲ ਸੁਣਿਆ, ਔਰ ਇਹ ਵੀ ਆਪਣੇ ਵਧੀਆ ਗੱਲ ਆ ਕਿ ਜਿਹੜੇ ਭਾਵੇਂ ਸਾਡੇ ਥੋੜ੍ਹੇ ਸਰੋਤੇ ਹੈਗੇ ਆ, ਪਰ ਸਾਰੇ ਸਰੋਤੇ ਜਿਹੜੇ ਆ ਉਹ ਜਿਹਨੂੰ ਆਪਾਂ ਕੁਆਲਿਟੀ ਕਹਿੰਦੇ ਹਾਂ, ਮੈਂ ਦੇਖ ਸਕਦਾ ਸਾਰੇ ਲੋਕ ਜਿਹੜੇ ਉਹ ਇੰਨੇ ਦਿਲਚਸਪੀ ਨਾਲ ਆਏ ਔਰ ਇੰਨੇ ਦਿਲਚਸਪੀ ਨਾਲ ਸੁਣਿਆ। ਸੋ ਇਹ ਆਪਣੇ ਆਪ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਸਾਡੇ ਵੱਲੋਂ ਤੁਹਾਡਾ ਮਾਣ ਕਰਨ ਦਾ ਇੱਕ ਤਰੀਕਾ ਇਹ ਹੈਗਾ। ਸੋ ਇਹਨਾਂ ਦਾ ਧੰਨਵਾਦ ਹੈ, ਕੁਛ ਹੋਰ ਧੰਨਵਾਦ ਕਰਨ ਦੀ ਲੋੜ ਹੈਗੀ ਆ। ਸਭ ਤੋਂ ਪਹਿਲਾਂ ਚਰਨਪਤ ਗਿੱਲ ਹੋਰਾਂ ਦਾ ਇੰਨੇ ਸੋਹਣੇ ਥਾਂ ਲਈ, ਜੋ ਇਹ ਮਤਲਬ ਕੰਮ ਇੰਨਾ ਵਧੀਆ ਕਰ ਰਿਹਾ, ਉਹਦੇ 'ਤੇ ਇਸ ਕਿਸਮ ਦੀ ਵੀ ਚੀਜ਼ ਨਿਕਲ ਸਕਦੀ ਕਿ ਅਸੀਂ ਬੈਠ ਕੇ ਇੰਨੀਆਂ ਵਧੀਆ ਵਿਚਾਰਾਂ ਕਰ ਸਕਦੇ ਹਾਂ। ਬਹੁਤ ਸੋਹਣਾ ਥਾਂ ਆ ਮੱਖਣ ਟੁੱਟ ਦਾ, ਜਿਨ੍ਹਾਂ ਨੇ ਆ ਜਿਹੜਾ ਸਾਡਾ ਇਹ ਸਜਾਇਆ ਹੈਗਾ ਆ, ਮੈਂ ਸਮਝਦਾ ਕਿ ਇਹਨੇ ਵੀ ਇੱਕ ਮਤਲਬ ਵੱਖਰੇ ਤਰੀਕੇ ਦੇ ਨਾਲ ਸਾਰਿਆਂ ਦੇ ਉੱਤੇ ਪ੍ਰਭਾਵ ਪਾਇਆ। ਮੀਡੀਏ ਦੇ ਲੋਕਾਂ ਦਾ, ਜਿਨ੍ਹਾਂ ਨੇ ਵੀ ਸਾਡੇ ਜਿਹੜੀ ਇਹਦੇ ਬਾਰੇ ਜਿਹੜੇ ਅਸੀਂ ਨਿਊਜ਼ ਭੇਜੀ ਸੀ, ਪੋਸਟਰ ਭੇਜਿਆ ਸੀ, ਉਹ ਛਾਪਿਆ ਉਹਨਾਂ ਸਾਰਿਆਂ ਦਾ, ਅਤੇ ਖਾਸ ਤੌਰ 'ਤੇ ਰੇਡੀਓ ਇੰਡੀਆ ਦੇ ਗੁਰਪ੍ਰੀਤ ਹੋਰਾਂ ਦਾ, ਜਿਨ੍ਹਾਂ ਨੇ ਇਹਨਾਂ ਦੋਨਾਂ ਨੂੰ ਕਾਫੀ ਸਮਾਂ ਦਿੱਤਾ। ਅੱਜ ਵੀ ਸਵੇਰੇ ਪੂਰੇ 2 ਘੰਟੇ ਨਵਸ਼ਰਨ ਰੇਡੀਓ ਦੇ ਉੱਤੇ ਉਹਨਾਂ ਦੇ ਸੰਡੇ ਸਪੈਸ਼ਲ ਵਿੱਚ ਗੱਲਬਾਤ ਕਰਦੀ ਰਹੀ, ਜਿਹੜਾ ਕਿ ਮੈਂ ਸਮਝਦਾ ਕਿ ਇੱਥੇ ਆਪਾਂ ਥੋੜ੍ਹੇ ਲੋਕ ਜੁੜ ਸਕਦੇ ਹਾਂ, ਉਹ ਬਹੁਤ ਸਾਰੇ ਲੋਕਾਂ ਤੱਕ ਪਹੁੰਚਿਆ। ਇਸੇ ਤਰ੍ਹਾਂ ਹੀ ਆਪਣੇ ਹਰਪ੍ਰੀਤ ਸਿੰਘ, ਉਹ ਰੈੱਡ FM ਤੋਂ ਪ੍ਰੋਗਰਾਮ ਕਰਦੇ ਹੈਗੇ, ਉਹਨਾਂ ਨੇ ਵੀ ਇਹਨਾਂ ਦੋਨਾਂ ਨੂੰ ਉੱਥੇ ਵਕਤ ਦਿੱਤਾ, ਅਤੇ ਨਾਲ ਹੀ ਉਹਨਾਂ ਨੇ ਆਪਣੇ ਟੈਲੀਵਿਜ਼ਨ ਪ੍ਰੋਗਰਾਮ ਲਈ ਇਹਨਾਂ ਦੀ ਇੰਟਰਵਿਊ ਰਿਕਾਰਡ ਕੀਤੀਆਂ, ਜਿਹੜੀਆਂ ਸ਼ਾਇਦ ਅਗਲੇ ਹਫ਼ਤੇ ਉਹ ਲਾਉਣਗੇ। ਸੋ ਇਹਨਾਂ ਸਾਰਿਆਂ ਲੋਕਾਂ ਦਾ ਬਹੁਤ ਬਹੁਤ ਧੰਨਵਾਦ। ਕੱਲ੍ਹ ਨੂੰ, ਜਿਵੇਂ ਪਹਿਲਾਂ ਦੱਸਿਆ ਸੀ, ਅਤੁਲ ਹੋਰਾਂ ਨੇ ਮੈਨਸ਼ਨ ਕੀਤਾ ਸੀ, ਕੱਲ੍ਹ ਨੂੰ 1:30 ਵਜੇ ਕੈਫੇ ਖਟਮੰਡੂ ਥਾਂ ਹੈ ਵੈਨਕੂਵਰ ਦੇ ਵਿੱਚ, ਕਮਰਸ਼ਲ ਡਰਾਈਵ ਅਤੇ 12th Avenue ਦੇ ਉੱਤੇ, ਉੱਥੇ 1:30 ਵਜੇ ਇਹਨਾਂ ਦੋਨਾਂ ਵੱਲੋਂ ਇਸ ਕਿਸਮ ਦੀ ਗੱਲਬਾਤ ਕੀਤੀ ਜਾਊਗੀ, ਜਿਹੜੀ ਕਿ ਅੰਗਰੇਜ਼ੀ ਦੇ ਵਿੱਚ ਹੋਊਗੀ। ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਨਵਪ੍ਰੀਤ ਹੋਣਾ ਨੇ ਸਵਾਲ ਉਠਾਇਆ, ਇਹ ਬਹੁਤ ਵਾਜਬ ਹੈਗਾ ਆ, ਅਸੀਂ ਪਤਾ ਨਹੀਂ ਇਹਦੇ ਬਾਰੇ ਕੀ ਕਰ ਸਕਦੇ ਹਾਂ। ਸਾਨੂੰ ਸਾਰਿਆਂ ਨੇ ਇਸ ਗੱਲ ਦਾ ਜ਼ਿਕਰ ਆ ਕਿ ਜਦੋਂ ਅਸੀਂ ਜੁੜ ਬੈਠਦੇ ਹਾਂ ਅਤੇ ਅਸੀਂ ਜਿਹੜੇ ਉਹ ਉਮਰ 'ਚ ਵੱਡੇ ਲੋਕ ਹੀ ਹੁੰਦੇ ਹਾਂ, ਸਾਡੀ ਗਾਹਾਂ ਦੀ ਜਿਹੜੀ ਪੀੜ੍ਹੀ ਆ ਉਹ ਸਾਡੇ ਨਾਲ ਨਹੀਂ ਤੁਰਦੀ ਹੈ, ਬੋਲੀ ਜਿਹੜੀ ਆ ਉਹ ਇੱਕ ਕਾਰਨ ਹੋ ਸਕਦੀ ਆ। ਉਹਦੇ ਲਈ ਅਸੀਂ ਚਾਹੁੰਦੇ ਹਾਂ ਕਿ ਜੇ ਤੁਸੀਂ ਆਪਣੇ ਬੱਚਿਆਂ ਨੂੰ ਕਿਸੇ ਨੂੰ ਜਾਣਦੇ ਹਾਂ, ਯੂਨੀਵਰਸਿਟੀ ਦੇ ਸਟੂਡੈਂਟ ਹੈਗੇ ਕੋਈ ਵੀ ਆ, ਕੱਲ੍ਹ ਨੂੰ ਉਹਨਾਂ ਨੂੰ ਕਹੋ ਕਿ ਉਹ ਆਉਣ, ਇਹਨਾਂ ਦੇ ਨਾਲ ਡਾਇਲੋਗ ਕਰਨ, ਇਹਨਾਂ ਦੀਆਂ ਗੱਲਾਂ ਸੁਣਨ। ਮੈਂ ਸਮਝਦਾ ਕਿ ਉਹ ਜਿਹੜੀ ਇੱਕ ਵਧੀਆ ਗੱਲ ਹੋ ਸਕਦੀ ਆ। ਸੋ ਕਿਉਂਕਿ ਜ਼ਬਾਨ ਜਿਹੜੀ ਅਸੀਂ ਇਸ ਮੁਲਕ 'ਚ ਕਹਿੰਦੇ ਹਾਂ, ਸਾਨੂੰ ਅੰਗਰੇਜ਼ੀ ਦੀ ਪੈਰ ਪੈਰ ਦੇ ਉੱਤੇ ਲੋੜ ਪੈਂਦੀ ਆ, ਅਤੇ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦਾ ਸੁਨੇਹਾ ਜਿਹੜਾ ਉਹ ਸਿਰਫ ਸਾਡੇ ਭਾਈਚਾਰੇ ਦੇ ਵਿੱਚ ਨਾ ਰਹੇ,
वह दूजे लोगों तक भी पहुँचे, बाहरले लोग जोड़े आ जोड़े साढ़े बारे जानना चाहते हैं, साढ़े जी संघर्ष आ उन्होंने अपना हिस्सा पाना चाहते हैं, असी उन्होंने तक भी ये जी गल जानी चाहते हैं। सो कल इन्हों 1:30 बजे ये असी उ मिलेंगे कैफे खटमंडू के, जे कोई गाह की जनरेशन के लोग जोड़े आना कुछ नेहा दे सकते हैं, कोई आ सकते हैं तो वह बहुत वधिया गल होगी। सो मैं थोड़ा सारे का एक बार फिर बहुत बहुत धन्यवाद करना चाहना, जिन्नी वधिया तरीके सारी गलबात सुनी, खास तौर पर सवालों के समय तुसी सारे समय के विच रहे, बहुत बहुत शुक्रिया। ਗੁਰਸ਼ਰਨ ਭਾਅ ਜੀ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗੁਰਸ਼ਰਨ ਭਾਅ ਜੀ ਦੀ ਲੈਗਸੀ ਦੀ ਗੱਲ ਅੱਜ ਖਾਸ ਤੌਰ 'ਤੇ ਸਾਹਮਣੇ ਆਈ ਉਹਨਾਂ ਦੀ ਮੌਤ ਤੋਂ 2 ਸਾਲ ਬਾਅਦ, ਤਾਂ ਇਹ ਬੜਾ ਅਹਿਮ ਸਵਾਲ ਹੈ ਕਿ ਗੁਰਸ਼ਰਨ ਭਾਅ ਜੀ ਦੀ ਲੈਗਸੀ ਨੂੰ ਕੋਈ ਅੱਗੇ ਲੈ ਕੇ ਜਾ ਰਿਹਾ ਜਾਂ ਨਹੀਂ ਲੈ ਕੇ ਜਾ ਰਿਹਾ, ਜੇ ਲੈ ਕੇ ਜਾ ਰਿਹਾ ਤਾਂ ਕੌਣ ਲੈ ਕੇ ਜਾ ਰਿਹਾ। ਸੋ ਇਹ ਬਹੁਤ ਅਹਿਮ ਸਵਾਲ ਜਿਹੜਾ ਇੱਥੇ ਵਿਚਾਰਿਆ ਗਿਆ ਅੱਜ ਦੇ ਇਸ ਫੰਕਸ਼ਨ 'ਚ, ਮੈਂ ਸਮਝਦਾ ਬੜਾ ਕੀਮਤੀ ਸਵਾਲ ਹੈ, ਔਰ ਨਵਸ਼ਰ ਨੇ ਵੀ ਉਹਦਾ ਬਹੁਤ ਅੱਛਾ ਜਵਾਬ ਦਿੱਤਾ ਹੈ, ਔਰ ਉਹਨੇ ਕਿਹਾ ਕਿ ਮੈਂ ਐਜ਼ ਏ ਉਹਨਾਂ ਦੀ ਬੇਟੀ ਹੋਣ ਦੇ ਨਾਤੇ ਇਸ ਨੂੰ ਇੱਕ ਚੈਲੇਂਜ ਦੇ ਤੌਰ 'ਤੇ ਤਾਂ ਮੰਨਦੀ ਹਾਂ, ਪਰ ਮੈਂ ਉਸ ਉਹਨਾਂ ਬਾਰੇ ਆਪਦੇ ਮੂੰਹੋਂ ਕੁਛ ਗੱਲ ਕਹਾਂਗਾ ਜੱਜ ਦੀ। ਬਿਲਕੁਲ ਠੀਕ ਹੋਣਾ ਦੁਰਸਤ ਪੈਂਦਾ, ਮੈਂ ਸਮਝਦਾ ਕਿ ਗੁਰਸ਼ਰਨ ਭਾਅ ਜੀ ਦੀ ਲੈਗਸੀ ਨੂੰ ਅੱਗੇ ਲੈ ਕੇ ਜਾਣ ਵਾਲੇ ਪੰਜਾਬ ਨਹੀਂ ਇਕੱਲਾ, ਦੇਸ਼ ਭਰ ਵਿੱਚ, ਹਿੰਦੁਸਤਾਨ ਭਰ ਵਿੱਚ ਔਰ ਵਿਦੇਸ਼ਾਂ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬੈਠੇ ਨੇ ਜਿਹੜੇ ਗੁਰਸ਼ਰਨ ਭਾਅ ਜੀ ਦੀ ਲੈਗਸੀ ਨੂੰ ਅੱਗੇ ਲੈ ਕੇ ਜਾਣ ਦੇ ਲਈ ਵਚਨਬੱਧ ਨੇ, ਕਮਿਟਡ ਨੇ, ਔਰ ਉਹ ਲਗਾਤਾਰ ਇਸ 'ਤੇ ਕੰਮ ਕਰ ਰਹੇ ਨੇ ਔਰ ਉਹ ਕਰਦੇ ਰਹਿਣਗੇ। ਇਹ ਡਿਪੈਂਡ ਹਰ ਇੱਕ ਸੰਸਥਾ ਦਾ, ਹਰ ਇੱਕ ਵਿਅਕਤੀ ਦਾ ਇਸ 'ਤੇ ਕਰਦਾ ਕਿ ਉਹਦੀ ਕਮਿਟਮੈਂਟ ਕਿੰਨੀ ਹੈ। ਮੇਰਾ ਨਾਮ ਸਰਬਜੀਤ ਉੱਕਲ ਹੈ, ਤਰਕਸ਼ੀਲ ਸੁਸਾਇਟੀ ਪੰਜਾਬ ਨਾਲ ਮੈਂ ਜ਼ੋਨ ਪ੍ਰਧਾਨ ਦੇ ਤੌਰ 'ਤੇ ਕੰਮ ਕਰ ਰਿਹਾ ਅਤੇ ਤਰਕਸ਼ੀਲ ਸੁਸਾਇਟੀ ਕ੍ਰੀਡਾ ਨਾਲ ਜੁੜਿਆ। ਗੁਰਸ਼ਰਨ ਸਿੰਘ ਭਾਅ ਜੀ ਦੇ ਨਾਟਕ ਮੈਂ ਬਹੁਤ ਦੇਰ ਤੋਂ ਵੇਖਦਾ ਆ ਰਿਹਾ, ਉਹਨਾਂ ਦੇ ਨਾਟਕਾਂ ਨੂੰ ਕਰਦਾ ਵੀ ਆ ਰਿਹਾ ਅਤੇ ਉਹਨਾਂ ਨੂੰ ਸਮਰਪਿਤ ਮੈਂ ਨਾਟਕਾਂ ਦੀ ਇੱਕ ਕਿਤਾਬ ਲਿਖੀ ਵੀ ਆ ਜਿਹੜੀ ਉਹਨਾਂ ਨੂੰ ਸਮਰਪਿਤ ਕੀਤੀ ਆ। ਅੱਜ ਜੋ ਵਿਚਾਰ ਵਟਾਂਦਰਾ ਹੋਇਆ, ਬੜਾ ਗੰਭੀਰ ਵਿਚਾਰ ਵਟਾਂਦਰਾ ਸੀ, ਜਿਹੜੇ ਅਤੁਲ ਸੂਦ ਜੀ ਨੇ ਵਿਚਾਰ ਪ੍ਰਗਟਾਇਆ ਇੰਡੀਆ ਦੀ ਇਕੋਨੋਮੀ ਬਾਰੇ ਅਤੇ ਉੱਥੋਂ ਦੇ ਹਾਲਾਤਾਂ ਬਾਰੇ। ਇਸੇ ਤਰ੍ਹਾਂ ਨਵਸ਼ਰਨ ਜੀ ਨੇ ਜੋ ਗੱਲਾਂ ਸਾਨੂੰ ਦੱਸੀਆਂ ਇੱਥੇ ਅੱਜ ਕਨੇਡਾ ਵਿੱਚ ਆ ਕੇ ਡਿਟੇਲਸ ਦੱਸੀਆਂ ਉੱਥੋਂ ਦੀਆਂ ਔਰਤਾਂ ਦੇ ਹਾਲਾਤ ਬਾਰੇ, ਇਹਨਾਂ ਨੂੰ ਹੋਰ ਵਿਸਥਾਰ ਵਿੱਚ ਅਤੇ ਹੋਰ ਗਹਿਰਾਈ ਵਿੱਚ ਆਮ ਜਨਤਾ ਤੱਕ ਪਹੁੰਚਾਉਣ ਦੀ ਲੋੜ ਆ, ਤਾਂ ਕਿ ਆਮ ਜਨਤਾ ਹੋਰ ਜਾਗਰਿਤ ਹੋ ਕੇ ਕੋਈ ਚੰਗੀ ਤਰ੍ਹਾਂ ਦੇ ਸਟੈਪ ਲੈ ਸਕੇ, ਜਥੇਬੰਧਕ ਰੂਪ 'ਚ ਕੋਈ ਕੰਮ ਕੀਤੇ ਜਾ ਸਕਣ। ਮੈਂ ਇਹੋ ਹੀ ਸਾਰਿਆਂ ਨੂੰ ਬੇਨਤੀ ਕਰਦਾ, ਇਹੋ ਹੀ ਅਪੀਲ ਕਰਦਾ ਕਿ ਇਹਨਾਂ ਵੱਲੋਂ ਪ੍ਰਗਟਾਏ ਗਏ ਵਿਚਾਰਾਂ ਨੂੰ ਜਥੇਬੰਧਕ ਰੂਪ ਦੇ ਕੇ ਅੱਗੇ ਲਿਜਾਇਆ ਜਾਵੇ, ਤਾਂ ਕਿ ਜਨਤਾ ਨੂੰ ਜਾਗਰਿਤ ਕੀਤਾ ਜਾ ਸਕੇ। ਪ੍ਰੋਗਰਾਮ ਬੜਾ ਵਧੀਆ ਸੀ, ਜਿਹੜੇ 2 ਇਸ਼ੂ ਇਹਦੇ 'ਚ ਮੇਨ ਆਏ, 3 ਇਸ਼ੂ ਅਸਲੀ ਜਿਹੜੇ ਮੇਨ ਆਏ ਉਹ ਸੀ ਕਿ ਹਰਸ਼ਰਨ ਨੇ ਲਿਆਂਦੇ ਗੁਰਸ਼ਰਨ ਭਾਅ ਜੀ ਬਾਰੇ, ਅਤੇ ਵਿਮੈਨ ਇਸ਼ੂ ਜਿਹੜਾ ਇਸ ਵੇਲੇ ਬਹੁਤ ਇੰਪੋਰਟੈਂਟ ਇਸ਼ੂ ਆ, ਉਹਦੇ ਬਾਰੇ ਬਹੁਤ ਚਾਨਣਾ ਪਾਇਆ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਪੰਜਾਬ ਦੇ ਵਿੱਚ ਹਿੰਦੁਸਤਾਨ 'ਚ ਹੋ ਰਹੀਆਂ ਅਤੇ ਨਾਗਾਲੈਂਡ, ਕਸ਼ਮੀਰ ਜਾਂ ਹੋਰ ਸੂਬਿਆਂ 'ਚ ਜੋ ਔਰਤਾਂ ਨਾਲ ਹੋਇਆ ਉਹ ਬਹੁਤ ਚਾਨਣ ਪਾ ਕੇ ਉਹਨਾਂ ਨੇ ਇਹ ਸਾਰਾ ਕੁਛ ਦੱਸਿਆ। ਅਤੇ ਅਤੁਲ ਹੋਣਾਂ ਨੇ ਜੋ ਕੁਛ ਉੱਥੇ ਅੱਜ ਕੱਲ੍ਹ ਇਕੋਨਮੀ ਦਾ ਹੋ ਰਿਹਾ, ਮਲਟੀਨੈਸ਼ਨਲ ਕੰਪਨੀਜ਼ ਕਰ ਰਹੀਆਂ ਜਾਂ ਗੌਰਮੈਂਟ ਕਰ ਰਹੀ, ਉਹਦੇ ਬਾਰੇ ਸਾਰਾ ਬਹੁਤ ਵਿਸਤਾਰ ਨਾਲ ਦੱਸਿਆ। ਸੋ ਬਹੁਤ ਸਕਸੈਸਫੁਲ ਪ੍ਰੋਗਰਾਮ ਸੀ, ਜਿਹੜਾ ਬਹੁਤ ਕੁਛ ਜਿਹੜਾ ਨਵੀਂ ਨੌਲੇਜ ਦੇ ਵਿੱਚ ਇੱਥੇ ਪ੍ਰੋਗਰਾਮ ਦੇ ਵਿੱਚ ਆਇਆ। ਪ੍ਰੋਗਰਾਮ ਬਹੁਤ ਕਾਮਯਾਬ ਰਿਹਾ, ਡਾਕਟਰ ਸੂਦ ਨੇ ਬੜੇ ਸੋਲਿਡ ਅੰਕੜਿਆਂ ਦੇ ਨਾਲ ਦੱਸਿਆ ਕਿ ਜਿਹੜੀ ਤਰੱਕੀ ਹੋ ਰਹੀ ਆ ਹਿੰਦੁਸਤਾਨ ਦੇ ਵਿੱਚ ਉਹਦਾ ਫਾਇਦਾ ਕੁਛ ਲੋਕਾਂ ਨੂੰ ਹੋ ਰਿਹਾ, ਅਤੇ ਬਹੁਤ ਲੋਕ ਜਿਹੜੇ ਆ ਜਿਹੜੀ ਜਿਸ ਤਰ੍ਹਾਂ ਉਹਨਾਂ ਨੇ ਕਿਤਾਬ ਲਿਖੀ ਆ ਪਾਵਰਟੀ ਅਮਿਡਸ ਪ੍ਰੋਸਪੈਰਿਟੀ, ਕਿਸ ਤਰ੍ਹਾਂ ਕਿ ਲੋਕ ਜਿਹੜਾ ਗਰੀਬੀ ਜਿਹੜੇ ਗਰੀਬ ਨੇ ਉਹ ਥੱਲੇ ਦੇ ਵਿੱਚ ਆ ਰਹੇ ਨੇ ਅਤੇ ਜਿਹੜਾ ਗਰੀਬੀ ਅਤੇ ਅਮੀਰੀ ਦਾ ਪਾੜਾ ਬਹੁਤ ਵੱਧ ਰਿਹਾ। ਅਤੇ ਇਸੇ ਤਰ੍ਹਾਂ ਜਿਹੜਾ ਨਵਸ਼ਰਨ ਹੋਣਾ ਨੇ ਦੱਸਿਆ ਕਿ ਜਿਹੜੀ ਵਿਮੈਨਸ ਮੂਵਮੈਂਟ ਕਿਸ ਤਰ੍ਹਾਂ ਸਟਰਗਲ ਕਰ ਰਹੀ ਆ, ਕਿਸ ਤਰ੍ਹਾਂ ਗੌਰਮੈਂਟ 'ਤੇ ਦਬਾਅ ਪਾ ਰਹੀ ਆ ਕਿ ਉਹ ਜਿਹੜੇ
लॉज नू चेंज करे तो किस तरह जिहड़ा 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 साडा कंटिन्यूम जिहड़ा घरां दे विच जिहड़ा हो रहा वो बाहर हो रहा एक एक किस तरह जिहड़ा औरतां दे हक्कां लई वो की कर रहे ने सारा एक इंस्पिरेशनल सीगा वो सानू बड़ा यानी सारा एक सुनेहा दिंदा सी। गुरशरण सिंह दी यार नू समर्पित जिहड़ा प्रोग्राम होया बहुत वधिया होया परदेसां दे विच खास करके औरत वर्ग दे नाल जिहड़ियां वधीकियां हिंदुस्तान दे विच हो रही बलात्कारी दे केस ने मिलटरी दे जवानों वालों गलत तरीके नाल किसी दे घर दे विच घुस जाना तलाशी लैनी उस संदर्भ दे विच औरतां दा शोषण करना ये सारियां गल्लां अज दे दिन इनकलाब दे रस्ते दे विच पहला ये रोड़ा सी हुण लोकां नूं इन्ना जागरती जां चानना हो गया कि 1990 तो लैके हुण तीक जिहड़ी इनफॉर्मेशन टेक्नोलॉजी ने तरक्की की है उस संदर्भ दे विच साडे बच्चों साडियां औरतों नूं अज दे दिन कोई बंदा उस दे नाल किसी किस्म का धोखा जां कोई चीज़ नहीं कर सकता औरतों नूं अपनी थां ते बुलंद आवाज़ दे विच मूँह तोड़ गौरमेंटां नूं जवाब देना चाहिए कि असी किसी नालों घट नहीं चाहे घरां दे विच कलेश होवे चाहे हिंदुस्तान दे विच किसी सरहद ते होवे चाहे किते भी होवे बसां दे विच होवे साडियां औरतां साडियां धीआं भैणां साडी इज्जत ने आबरू आ साडे हिंदुस्तान दी असी उस सारे मामले दे विच ये सारी मतलब फुल चढ़ाने इस गल दे उपर ड्रामे भी करांगे कवितावां भी लिखांगे सारयां नूं चानण वंडदे रहांगे जिंदाबाद। गुरशरण भाजी केम हियर इन 1983 इनवाइटेड बाय इपाना He traveled across Canada, he traveled across also in North America, and he performed widely in this area, totally admired, had a deep, left a deep impression on people, deep impression on artists who were inspired by him and developed their own art, own drama based on his inspiration. We have decided to remember Gursharan Bhaji's contribution and his impact on Vancouver and on North America by creating this lecture, annual lecture from Hari Sharma Foundation. We are very happy that this year his daughter Navsharan and Dr. Atul Sood could come. They have given a great talk today. Both of them were very inspiring. Atul gave a very critical talk about the developments in India, pointing out very convincingly that what is happening, the development of India is not really serving the people of India as a whole, but only a very small elite who are linked to corporations. And the state is basically in the service of corporations. Navsharan very powerfully and passionately pointed out how the sexual violence that is in the news these days is not really an exceptional thing, but an everyday matter of Indian society has been going on for years, and that this is built into the structure of Indian society and needs to be addressed at all levels, beginning at the most fundamental level of how we organize our domestic labor and how women and men share their everyday existence and everyday lives. So, thank you. अच्छा आज के प्रोग्राम में मेरा जाती ख्याल ये है कि बहुत ही अच्छा और टाइमली प्रोग्राम सी जो कुछ सानू आज पता चलिया है ये कि हिंदुस्तान दे विच एक्चुअली की वापर है औरतों के मसलों के बारे में और जिहड़ा कि इकनोमिक के हालात हिंदुस्तान दे विच की ने और पता चलिया है कि जिहड़ियां गल्लां सुपरफिशियल हो रही ने वो एक्चुअली आम लोगों तक उन्हों का जिहड़ा है सो कॉल्ड इंडिया शाइनिंग द आम लोगों तक उनकी कोई जिहड़ा ना ट्रिकल डाउन नहीं इफेक्ट उन्हां तक गल वह पहुँची नहीं है तो दोनों लोगों ने जिन्ना टाइम से उस टाइम बहुत ही खूबसूरत गल की है और मेरे जाती ख्याल जिन्हें भी लोग उत्थे आए थे उन्होंने इलम काफ़ी इजाफा होया इकनोमिक्स के इशूज़ ने इंडिया के वो हवाले ना और औरतों के जोड़े इशू है सन हिंदुस्तान अपने भैन जी ने बहुत अच्छे अंदाज में बयान किए और एक जी गल बड़ी अच्छी लगी जी कि इनकरेजिंग भी है वो ये है
कि इन्होंने जी पिछले 30-35 साल तो कोशिश कर रहा है वो लगता है कि वो एक रंग लिया रही है उसका कुछ फायदा हो रहा है औरतों कि औरतें खुल के हूँ आ रही हैं सामने और वो रीसेंट मिसाल एक और भैन जी ने भी दी कि जब 91 जो कश्मीर औरतों जबर जनाह का केस हो पहले काफ़ी देर डरिया रही लेकिन वो खुल के सामने आई ने और अदालत जाके उन्होंने गवाही दी कि किस तरह इंडियन आर्मी ने उन्होंने अपना जनाह किया और इस तरह रीसेंट जी एक इतों ही होर एक गल इस तरह रिलेटिड हुई जी कि पिछले 2-3 हफ्ते एक औरत लड़की ने जरा जर्नलिस्ट सी उसका भी जनाह होया और उन्हें भी बड़े खुल के किया कि मैं छड़ांगी नहीं मैं अगे वधांगी मैं लड़ांगी लड़ाई जी लड़ रहा सो ये बहुत अच्छी गल और लगता है कि ये चीज़ा जड़ियाँ कि स्पेशली औरतों के अपने हकूक के हवाले न बहुत बेहतर हो रही हैं अगे बढ़ रही है गल और सानू चाहिए कि ये गल् इतें भी हो रही हिंदु इतने कनेडा च भी ये नहीं कि इतने नहीं हो रहा इतने ये इशू जोड़ा कि अनाज का इज्जत का औरतों भी इतने होंगे तो सानू ये रेलिवेंस इतने ये बनती कि सानू भी जी जथेबंदियां सारे इकट्ठे होकर इस मौजूद से अपने लोगों की अवेयरनैस वास्ते गल अगे वधानी चाहिए है और औरतों पिछे नहीं तकना चाहिए उन्होंने कहना चाहिए कि अगे वधो असं थोड़े नाल हाँ अपने हकूक वास्ते जुदोजहद करो और सोसाइटी जोड़ा उन्होंने एक सो कॉल एक टैबू बनया है कि उन्होंने कलंक का टीका बन लग गया और औरतों की मुआशरत कोई भी मुड़ के इज्जत नहीं रही तो इस करके असं चाहते हैं कि ये लोग सारे मिलन तो एंड तो मैं यही कहूँगा कि बहुत ही अच्छा लैक्चर से दोनों ही और कम अज़ कम मेरे इलम बहुत सारी चीज़ों का इजाफा होया तो मैं अपना पिक्स सनसैक और जिन्होंने भी ऑर्गनाइज किया वो बधाई दिना कि उन्होंने इस तरह का एक सेमिनार प्रोग्राम अज जो हो बहुत वधिया प्रोग्राम अपनी भाजी गुरचरण सिंह बारे उन्होंने लड़की ने अपने बहुत वधिया दसिया डॉक्टर साहब ने डॉक्टर सूद साहब का जोड़ा लैक्चर दैट वॉज वेरी गुड क्योंकि इन्होंने दोनों का ही जो कॉन्टेंट सके ना प्रोग्राम का वो इतने के नाल बहुत मिलता हम वेमेन की स्ट्रगल जी सारी दुनिया से चलती है सो वी कैन रिलेट दैट सिटिंग हियर इन कैनेडा to what's happening in India. So, no, it was, we really appreciate that. And theek hai pehle 30 saal pehle mile sige odu baad phir nahi mile ni te mera bhi hun itthe hai ga program pe jinna kasi kar sakde ha ohna assi itthe karde ha par basic program sada eh ha ki jimme tusi dassya pe jehde young blood hai na jehde youth ha ohnu naal milna chahida hun kise vi apan program ch itthe jande ha youth sade naal hi tar itho tak ki sade jehde apne चिल्ड्रन ने किड्स ने उन्होंने असं गल कर रहे हैं पर वो भी साढ़े नाल नहीं तुरते इस बहुत बड़ी ड्रॉबैक हैगी है जिन्हें भी असी इस वेले 40-45 साल तो उपर इन्होंने प्रोग्राम्स लगे हैं पर साडा यह आ कि जी असी बच्चों किसी न किसी तरह इतने के यूथ आ उन्होंने नाल बुलाइए वो साड़ी सक्सैस हो सकती है क्योंकि एवेंचुअली जोड़े प्रोग्राम ने जे इन्हों का कोई करंट इशू नहीं लैके तुरते बच्चों का करंट इशू नहीं एवेंचुअली प्रोग्राम एवेपरेट हो जाते हैं खत्म हो जाती है जी ऑर्गेनाइजेशन सो मैं तो यही कहूँगा पर अज का बहुत वधिया इट वॉज वेरी इनकरेजिंग दोनों जने अपने नवशरण जी के अपने सूद साहब ने दोनों ने बहुत वधिया सो वी आर हैप्पी गुरशरण भाजी मैं काफ़ी देर तो जानता असं 1983 सद्या इतने ड्रामे करने तो उन्होंने ड्रामे पिंड जो होंगे ने अस गल सुने से माप भी वेखे सू बहुत चंगे लगे उस तो बाद फिर लोगों की फिर डिमांड आई भी उन्होंने फिर सद्या जाए फिर असी एक बार दोबारे सद्या दो बारी इतने आ चुके साढ़े पास रीजन उन्होंने हूँ तीजी बारी उन्होंने श्रद्धांजलि देने उन्होंने बेटी नवशरण अटल उन्होंने जो सद्या प्रोफेसर साहब न रीजन ये भी उत्थे कितनी सरगर्मियां हो रही ने गुरशरण भाजी की जी ला जी लाइन पाई हुई सी वो कितनी सक्सैसफुल है कि लोग फॉलोअप करते हैं तो लोगों ये दसा जाए इतने के लोगों इतने निवासियों उत्थे लोग सुते नहीं पे जिवें गुरशरण भाजी कहता हुंदा सी ना ओ मेरे लोगो जागो जागो सुते ना पो वो गल सानू अजे भी चेते मना बसी हुई है जद वो बीबी ने लड़की ने नवशर ने सारे दसे किस तरह रेप हो रहे हैं उत्थे इंडिया की उन्होंने हो गल हो रही ने की वुमेन्स वूमेन की करती है
ਲੋਕਾਂ ਨੂੰ ਚੇਤਾਵਨੀ ਹੋਈ ਵੀ ਉਹ ਸੁੱਤੇ ਨਹੀਂ ਪਏ ਲੋਕ, ਸਗੋਂ ਇੱਥੇ ਲੋਕ ਸੁੱਤੇ ਪਏ ਨੇ, ਇੰਡੀਆ 'ਚ ਨਹੀਂ ਸੁੱਤੇ ਪਏ। ਇੰਨੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ, ਫਿਰ ਵੀ ਕਰ ਰਹੇ ਨੇ। ਸਾਡੇ ਗਰੁੱਪ 'ਚ ਉਹੀ ਪੁਰਾਣੇ ਬੰਦੇ ਨੇ, ਹਰਿੰਦਰ ਮਾਲ ਹੈ, ਸੌਧੂ ਬਨੈ, ਸਰਬਨ ਬੋਲ ਹੈ, ਮੱਖਣ ਟੁੱਟ ਹੈ, ਇਹ ਸਾਰੇ ਇਕੱਠੇ ਹੋ ਕੇ ਅਸੀਂ ਫੈਸਲਾ ਕੀਤਾ ਸੀ ਕਿ ਇਹੋ ਜਿਹਾ ਪ੍ਰੋਗਰਾਮ ਉਲੀਕਿਆ ਜਾਵੇ ਜਿਹਦਾ ਲੋਕਾਂ ਨੂੰ ਥੋੜ੍ਹੀ ਜਿਹੀ ਨੌਲੇਜ ਵਧੇ, ਚੇਤਾਵਨੀ ਹੋਵੇ, ਲੋਕ ਉੱਠਣ। ਇੱਥੇ ਸਾਨੂੰ ਉਮੀਦ ਹੈ ਵੀ ਲੋਕ ਕਿਹੜਾ ਜੇ ਚੱਲੇ ਸੀਗੇ ਜਦੋਂ ਫਾਰਮਰ ਕਿਜੂਨੀ ਚੱਲੀ ਜਾਂ ਨਸਲਵਾਦ ਚੱਕਰ ਚੱਲਿਆ, ਲੋਕ ਸੁੱਤੇ ਪਏ ਨੇ। ਅਸੀਂ ਲੋਕਾਂ ਨੂੰ ਜਗਾਉਣਾ ਚਾਹੁੰਦੇ ਹਾਂ, ਬਹੁਤ ਕੰਮ ਕਰਨ ਵਾਲੇ ਨੇ ਕਮਿਊਨਿਟੀ ਦੇ ਵਿੱਚ, ਉਹ ਨਾਲ ਰਲ ਕੇ ਸਾਡੇ ਕੰਮ ਕਰਨ ਅਤੇ ਕੁਰਤੀਆਂ ਦੀਆਂ, ਸਮਾਜਿਕ ਕੁਰਤੀਆਂ ਦੀਆਂ ਸਾਹਮਣਾ ਕਰਨ, ਡਟ ਕੇ ਅਤੇ ਉਹਨਾਂ ਸਾਹਮਣਾ ਕਰਕੇ ਲੋਕਾਂ ਨੂੰ ਚੰਗੀ ਜ਼ਿੰਦਗੀ ਜਿਉਣ ਲਈ ਅਤੇ ਸੁਚੇਤ ਬਣਨ ਲਈ ਪੂਰਾ ਭਰਮਾ ਸੁਨੇਹਾ ਦੇਣਾ ਚਾਹੁੰਦੇ ਹਾਂ। ਅਸੀਂ ਹਰ ਤਰ੍ਹਾਂ ਨਾਲ ਅਸੀਂ ਲੋਕਾਂ ਦੀ ਦੇ ਨਾਲ ਖੜ੍ਹੇ ਹਾਂ, ਸਾਨੂੰ ਲੋਕਾਂ ਨਾਲ ਪਿਆਰ ਹੈ, ਹਮਦਰਦੀ ਹੈ। ਇਸੇ ਕਰਕੇ ਗੁਰਸ਼ਰਨ ਭਾਅ ਜੀ ਨੂੰ ਅਸੀਂ ਸੱਦਿਆ ਸੀ ਵੀ ਉਹ ਵੀ ਲੋਕਾਂ ਨੂੰ ਪਿਆਰ ਕਰਦੇ ਸੀ, ਸਾਡੀ ਸੋਚ ਇੱਕ ਹੈ, ਇਸ ਕਰਕੇ ਉਹਨਾਂ ਨੂੰ ਅਸੀਂ ਲਾਈਕ ਕਰਦੇ ਹਾਂ। ਅਤੇ ਮੈਂ ਚਾਹੁੰਦਾ ਸੁੱਤੇ ਪਏ ਲੋਕ ਜਿਵੇਂ ਉਹ ਕਹਿੰਦੇ ਸੀ ਗੁਰਸ਼ਰਨ ਭਾਅ ਜੀ, ਜਾਗੋ, ਉੱਠੋ, ਉੱਠੇ ਉੱਠੀ ਲੜਾਈ ਕਰੋ, ਜਦੋਜਹਿਦ ਕਰੋ, ਉਹਦੇ ਹੱਕਾਂ ਲਈ ਚੂਜੋ, ਘਰ ਬੈਠੇ ਚਾਹ ਪੀ ਕੇ ਤੁਹਾਨੂੰ ਟੀ ਵੀ ਦੇ ਕੇ ਕਿਸੇ ਨੇ ਹੱਕ ਨਹੀਂ ਦੇਣੇ।